ਸੌ ਰੁਪਇਆ ਮੇਰੇ ਕੋਲੇ, ਜਿੰਨਾ ਸਰਦਾਰ ਮਨਿੰਦਰ ਸਿੰਘ ਜੀ 100 ਰੁਪਇਆ ਜਿਵੇਂ ਜਿਵੇਂ ਆਈ ਗਿਆ, ਦੋਨਾਂ ਟੀਮਾਂ ਦਾ 500-500 ਰੁਪਇਆ ਮੇਰੇ ਕੋਲੇ ਆਇਆ ਹੋਇਆ। ਦੋਵਾਂ ਟੀਮਾਂ ਨੂੰ ਬੇਨਤੀ ਹੈ ਵੀ ਇੱਕ ਇੱਕ ਖਿਡਾਰੀ ਆ ਕੇ ਮੇਰੇ ਕੋਲੋਂ ਸਟੇਜ ਤੋਂ ਆਪਣਾ 500-500 ਰੁਪਇਆ ਇਨਾਮ ਲੈ ਜਾਣ। ਮਾਸਟਰ ਜੀ ਪਲੀਜ਼ 2 ਮਿੰਟ ਤੁਹਾਡੇ ਤੋਂ ਲੈਣੇ ਆ ਜੀ, ਬਾਬਾ ਜੀ ਦੇ ਕੋਲੇ ਬੈਠੇ ਆ। ਸਰਦਾਰ ਮਨਜਿੰਦਰ ਸਿੰਘ ਜੀ ਪਿੰਡ ਲੰਗਿਆਣਾ ਅਮਰੀਕਾ ਤੋਂ, ਉਹਨਾਂ ਨੇ 11,000 ਰੁਪਇਆ, ਉਹਨਾਂ ਦੇ ਭਰਾ ਸਰਦਾਰ ਇੰਦਰਜੀਤ ਸਿੰਘ ਜੀ ਪਲੀਜ਼ ਆਪਣਾ ਸਨਮਾਨ ਚਲਾ ਕੇ ਲੈ ਲੈਣ। ਸਰਦਾਰ ਇੰਦਰਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪਣਾ ਮਾਣ ਸਨਮਾਨ ਲੈਣ ਜੀ, ਔਰ ਇਹਨਾਂ ਨੂੰ ਸਨਮਾਨ ਕਰਨਗੇ ਸਰਦਾਰ ਜਗਤਾਰ ਸਿੰਘ ਤਾਰੀ, ਉੱਗੇ ਖੇਡ ਪ੍ਰਮੋਟਰ, ਉਹਨਾਂ ਦੇ ਨਾਲ ਸਨੀ ਸੇਖੋਂ, ਸਰਦਾਰ ਚਮਕੌਰ ਸਿੰਘ ਜੀ ਜਰਮਨ ਵਾਲੇ। ਹਾਂਜੀ, ਆ ਜਿਹੜਾ ਮੈਚ ਹੋ ਕੇ ਹਟਿਆ ਉਹਦਾ ਫਾਈਨਲ ਡਿਸੀਜਨ ਕੀ ਹੈ? ਮੱਖਣ ਬਰਾੜ ਦੇ ਇਹਨਾਂ ਦਾ ਫਾਈਨਲ ਰਿਜ਼ਲਟ ਦੱਸੋ ਜੀ। ਸਰਦਾਰ ਕੁਲਵੀਰ ਸਿੰਘ ਜੀ ਯੂਕੇ ਪਿੰਡ ਢੰਡੋਵਾਲ, ਜਿਨ੍ਹਾਂ ਨੇ 21,000 ਰੁਪਇਆ ਸਾਨੂੰ ਦਿੱਤਾ, ਔਰ ਉਹਨਾਂ ਦੇ ਪਿਤਾ ਜੀ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਆ, ਉਹਨਾਂ ਨੂੰ ਬੇਨਤੀ ਹੈ ਜੀ, ਔਰ ਨਾਲ ਸਰਪੰਚ ਸਾਹਿਬ ਨੇ ਪਿੰਡ ਦੇ। ਹਾਂਜੀ, ਨਾਲ ਬਲਦੇਵ ਸਿੰਘ ਪਲੀਜ਼ ਸਨਮਾਨ ਚਿੰਨ੍ਹ ਲੈਣਾ ਵੀ ਆਪਣਾ, ਤਰਨ ਤਾਰਨ ਯੂਕੇ ਤੇ ਗੁਰਦਾਸ ਉਹ ਵੀ ਆਪਣਾ ਸਨਮਾਨ ਚਿੰਨ੍ਹ ਲੈਣ ਜੀ, ਸਰਨ ਸਿੰਘ ਯੂਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਲੈਣ ਜੀ। ਤਰਨ ਤਾਰਨ ਜੇਤੂ ਹੈ ਤੇ ਗੁਰਦਾਸਪੁਰ ਉਪ ਜੇਤੂ ਹੈ ਜੀ। ਤੇ ਸਾਡੇ ਕੋਲੇ ਜਿੱਥੇ ਜਿਵੇਂ ਦੁਨੀਆ ਦੇ ਅਸੀਂ ਕੌਮਾਂਤਰੀ ਖਿਡਾਰੀ ਸਾਡੇ ਭਲਵਾਨ ਗੋਲਡ ਮੈਡਲ ਜੇਤੂ ਪੱਤਰਕਾਰ ਹੈ, ਪਿਛਲੇ ਟੂਰਨਾਮੈਂਟ ਦੇ ਬਾਕੇ ਪੁਰਾਣੇ ਕੱਪ ਦੇ ਅਜੀਤ ਦੇ ਪੱਤਰਕਾਰ ਬਲਰਾਜ ਸਿੰਗਲਾ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਸੀ, ਸੋ ਸੋਨੇ ਦੇ ਮੈਡਲ ਦੇ ਸਨਮਾਨਿਤ ਪੱਤਰਕਾਰ ਵੀ ਅਸੀਂ ਸੱਦੇ ਹੋਏ ਨੇ। ਧੰਨਵਾਦ ਸਿੰਗਲਾ ਸਾਹਿਬ ਅਜੀਤ ਤੋਂ। ਰੈਪੀ ਬਰਾੜ ਜੀ, ਬਾਬਾ ਜੀ ਵੱਲੋਂ ਬੇਨਤੀ ਹੈ ਜੀ ਆਪਣਾ ਮੈਚ ਥੋੜਾ ਟਾਈਮ ਸਾਹਿਬ ਘਟਾ ਦਿਓ ਜੀ, ਇਸ ਮੈਚ ਦਾ ਟਾਈਮ ਘਟਾ ਦਿਓ ਜੀ। ਲੱਗਦੀ ਸਾਢੇ 15 ਜਾਂ 16 ਜੀ ਦੇ ਹੋ ਗਏ ਨੇ। ਮੈਂ ਬੇਨਤੀ ਕਰਦਾ ਪੁਆਇੰਟਾਂ ਵਾਲੇ ਸਾਡੇ ਵੀਰਾਂ ਨੂੰ 10 ਸਾਢੇ 10 ਜਾਂ 11 ਨਾਲ ਦੀ ਬਹੁਤ ਹੀ ਸੋਹਣਾ ਮੈਚ ਜਿਹੜਾ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਿਹਾ ਹੈ, ਦਰਸ਼ਕ ਵੀਰੋ ਦੇਖਣ ਵਾਲਾ ਮੈਚ ਹੈ। ਸੋ ਸਾਨਾਂ ਦੇ ਪੇੜ ਕੁੰਡੀਆਂ ਦੇ ਸਿੰਘ ਫਸਣੇ ਨੇ ਇਹਨਾਂ ਗਰਾਊਂਡਾਂ ਦੇ ਵਿੱਚ। ਸਾਡੇ ਵੀਰ ਅਵਤਾਰ ਬਰਾੜ ਹਾਂਗਕਾਂਗ ਵਾਲਾ ਸਾਡਾ ਵੀਰ ਵੀ ਪਹੁੰਚਿਆ ਹੋਇਆ ਹੈ, ਜੋ ਕਿ ਜਾਂਟਾ ਯੂਕੇ, ਜਿਹਨਾਂ ਨੇ ਮਾਣ ਦੇਣਾ ਦਾਸ ਨੂੰ ਮੋਟਰਸਾਈਕਲ ਦੇ ਕੇ, ਇਹਨਾਂ ਦਾ ਵੀ ਧੰਨਵਾਦ ਹੈ। ਲਓ ਜੀ ਪਹਿਲੀ ਕਬੱਡੀ, ਦਰਸ਼ਕ ਵੀਰੋ ਤਾੜੀਆਂ ਮਾਰੋ ਫਾਈਨਲ ਮੈਚ ਦੇ ਲਈ। ਪਹਿਲੀ ਕਬੱਡੀ ਸਰਦਾਰ ਗੁਰਬਖਸ਼ ਸਿੰਘ ਜੀ ਦਾ ਪੁੱਤਰ, ਪਰਾੜ ਪਰਿਵਾਰ ਦਾ ਹੀਰਾ, ਲੋਹਾਮਾ ਦੀ ਧਰਤੀ ਦਾ ਕਰਮਾ ਆਖਦੇ ਦੇ ਮੇਰੇ ਵੀਰੋ, ਔਰ ਦੂਜੇ ਪਾਸੇ ਭੁੱਲਰ ਪਰਿਵਾਰ ਦਾ ਸਰਦਾਰ ਸੁੱਚਾ ਸਿੰਘ ਦਾ ਪੁੱਤਰ ਨਹਿਲਾ ਮੇਰੇ ਵੀਰੋ ਜੋਗੇ ਵਾਲੀਆ, ਕੋਸ਼ਿਸ਼ ਕੀਤੀ ਹੈ। ਹਾਂਜੀ, ਅਕੈਡਮੀਆਂ ਨੂੰ ਸਾਡੀ ਬੇਨਤੀ ਹੈ, ਜਿਹੜੇ ਆ ਹਰਜੀਤ ਫਰੈਂਡ ਪੱਤੋ ਹੀਰਾ ਸਿੰਘ ਵਰਸਿਸ ਮਾਲਵਾ ਅਕੈਡਮੀ ਮੋਗਾ, ਉਹਨਾਂ ਦਾ ਫਾਈਨਲ ਮੈਚ ਇਸ ਤੋਂ ਅਗਲਾ ਹੈ ਤੇ ਉਹਨਾਂ ਨੂੰ 5 ਮਿੰਟ ਦਾ ਸਮਾਂ ਦਿੱਤਾ ਗਿਆ ਉਹਨਾਂ ਦੀ ਫੈਡਰੇਸ਼ਨ ਵੱਲੋਂ, ਵੀ ਜਲਦੀ ਤੋਂ ਜਲਦੀ 5 ਮਿੰਟਾਂ ਦੇ ਅੰਦਰ ਅੰਦਰ ਆ ਜਾਓ, ਨਹੀਂ ਤਾਂ ਤੁਹਾਨੂੰ ਜੁਰਮਾਨਾ ਲੱਗੂਗਾ। ਲਾਓ ਜੀ
ਬਹੁਤ ਹੀ ਮੱਖਣ ਬਰਾੜ ਜੀ ਨੂੰ ਬੇਨਤੀ ਹੈ ਜੀ, ਜਿਹੜਾ ਮੈਚ ਚੱਲ ਰਿਹਾ ਇਸ ਤੋਂ ਬਾਅਦ ਮੱਖਣ ਬਰਾੜ ਜੀ ਦੇ ਆਪਾਂ ਸ਼ੇਅਰ ਸੁਣਨੇ ਆ, ਕਿਉਂਕਿ ਦਰਸ਼ਕਾਂ ਦੀ ਮੰਗ ਹੈ। ਇਸ ਮੈਚ ਤੋਂ ਬਾਅਦ ਤਿਆਰ ਹਨ ਮੱਖਣ ਬਰਾੜ ਜੀ। ਹਾਂਜੀ, ਓਵਰ ਟੂ ਭਾਈ ਸੁੱਖਾ ਜੀ। ਲਾ ਜੀ, ਸਾਹਮਣੇ ਕਹਿੰਦੇ ਨੇ ਵੀ ਚਾਰ ਜਾਫੀ ਖੜੇ ਨੇ। ਇਹ ਬਗੀਚਾ ਮੇਰੇ ਵੀਰੋ ਸਾਧੂ ਸਿੰਘ ਬਰਾੜ ਦਾ ਚੰਡਿਆ ਹੋਇਆ, ਔਰ ਉਹਦਾ ਸੁਪਰ ਸਟਾਰ ਖਿਡਾਰੀ ਬਗੀਚਾ ਢਿੱਲੋਂ ਪਰਿਵਾਰ ਦਾ ਸਰਦਾਰ ਗੋਹਣ ਸਿੰਘ ਦਾ ਪੁੱਤਰ ਮੇਰੇ ਵੀਰੋ ਸੋਹਣ ਸਿੰਘ ਦਾ ਬਹੁਤ ਹੀ ਵਧੀਆ ਕਬੱਡੀ ਖੇਡਦਾ। ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਸਾਡਾ ਵੀਰ ਗਗਨ ਕਬੱਡੀ ਪਾਉਣ ਚੱਲਿਆ, ਸਰਦਾਰ ਕਾਬਲ ਸਿੰਘ ਦਾ ਪੁੱਤਰ ਸੰਧੂ ਪਰਿਵਾਰ ਦਾ, ਮਾਤਾ ਗੁਰਵਿੰਦਰ ਕੌਰ ਦੀ ਕੁੱਖ ਦਾ ਜਾਇਆ ਮੇਰੇ ਵੀਰੋ, ਬੀਏ ਪਾਸ, ਬਹੁਤ ਹੀ ਵਧੀਆ ਖਿਡਾਰੀ ਮੇਰੇ ਵੀਰੋ ਕੁਲਵੰਤ ਸਿੰਘ ਜੋਗੇ ਵਾਲੀਆ ਮਾਣ ਕਰਦਾ ਆਪਣੇ ਇਸ ਖਿਡਾਰੀ ਤੇ। ਗਗਨ ਜੋਗੇ ਵਾਲੀਆ ਅੰਕ ਲੈ ਕੇ ਆਪਣੇ ਪਾਲੇ ਵੱਲ ਵਧਦਾ ਹੋਇਆ। ਅਗਲੀ ਕਬੱਡੀ ਲੁਹਾਮ ਦੀ ਧਰਤੀ ਦਾ ਕਰਮਾ ਪਾਉਣ ਦੀ ਗੱਲ ਕਰਦਾ ਹੋਇਆ, ਬਹੁਤ ਹੀ ਵਧੀਆ ਖਿਡਾਰੀ, ਬਿਹਤਰੀਨ ਮੈਚ ਜਿਹੜੇ ਅੱਜ ਖੇਡੇ ਜਾ ਰਹੇ ਨੇ। ਹੈਲੋ ਸ਼ਿੰਦਰਪਾਲ, ਜੋ ਧੰਮੇ ਕੈਨੇਡਾ ਦਾ ਭਾਈ ਹੈ, ਇੱਧਰ ਮਾਨ ਸਨਮਾਨ ਕਰ ਰਿਹਾ ਬਾਬਾ ਜੀ, ਆਵੇ ਇੱਧਰ ਮਾਨ ਸਨਮਾਨ ਹੋ ਰਿਹਾ ਜੀ ਸਟੇਜ ਵਾਲੇ ਪਾਸੇ ਸਾਡੇ ਦਾਨੀ ਸੱਜਣਾਂ ਦਾ, ਬਾਬਾ ਗੁਰਦੀਪ ਸਿੰਘ ਜੀ, ਔਰ ਮਾਨ ਸਨਮਾਨ ਕਰ ਰਹੇ ਹੈ ਸਾਡੇ ਦਾਨੀ ਸੱਜਣਾਂ ਦਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਸੱਜਣਾਂ ਦੇ। ਰਾਮ ਸਿੰਘ ਜੀ ਦਾਰਾਪੁਰ ਸਾਡਾ ਵੀਰ ਵਿਸ਼ੇਸ਼ ਤੌਰ ਤੇ ਪੁੱਜਿਆ ਸਰੀ ਤੋਂ, ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ। ਰਾਮ ਸਿੰਘ ਪਿੰਡ ਦਾਰਾਪੁਰ ਤੋਂ ਲਾ ਜੀ ਪਾਲਾ ਆਖਦੇ ਨੇ ਮੇਰੇ ਵੀਰੋ, ਸਰਦਾਰ ਬਿਕਰ ਸਿੰਘ ਦਾ ਪੁੱਤਰ ਬਰਾੜ ਪਰਿਵਾਰ ਦਾ, ਰਾਜਿਆਣੇ ਦੀ ਧਰਤੀ ਦਾ ਪਾਲਾ, ਜਿਹਨੇ ਕੋਸ਼ਿਸ਼ ਕੀਤੀ ਹੈ ਪਰ ਮੁੰਡਾ ਸੰਧੂਆਂ ਦਾ ਜਿਹੜਾ ਪੁਆਇੰਟ ਲੈ ਕੇ ਵਾਲੀ ਹੈ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਕਹਿੰਦੇ ਨੇ ਵੀ ਇਕਬਾਲ ਦੀ ਗੱਲ ਹੈ ਨਾਲ ਅਮਨ ਦੀ ਗੱਲ ਹੈ, ਨਾਲ ਕਰਮੇ ਦਾ ਜ਼ਿਕਰ ਹੁੰਦਾ, ਨਿਸ਼ਾਨ ਦਾ ਜ਼ਿਕਰ ਹੁੰਦਾ। ਰੇਸ਼ਮ ਸਾਡਾ ਵੀਰ ਬਹੁਤ ਹੀ ਵਧੀਆ ਮੈਚ ਜਿਹੜੇ ਖੇਡੇ ਜਾ ਰਹੇ ਨੇ ਅੱਜ ਦੇ ਇਸ ਖੇਡ ਵੇਲੇ ਤੇ। ਮਨਜੀਤ ਵੀਰ ਸਰਪੰਚ ਪਿੰਡ ਚੰਦਪੁਰਾਣਾ ਤੋਂ, ਉਹ ਆਪਣਾ ਮਾਨ ਸਨਮਾਨ ਲੈਣ। ਰਾਮਜੀਤ ਸਿੰਘ ਸਰਪੰਚ ਚੰਦਪੁਰਾਣਾ ਤੋਂ ਲਾ ਜੀ, ਸਾਹਮਣੇ ਕਹਿੰਦੇ ਨੇ ਵੀ ਨਿੰਦਰ ਨੇ ਕਬੱਡੀ ਪਾ ਦਿੱਤੀ ਹੈ, ਇੰਦਗੜ੍ਹ ਦੀ ਧਰਤੀ ਦਾ ਬਹੁਤ ਹੀ ਵਧੀਆ ਖਿਡਾਰੀ ਮੇਰੇ ਵੀਰੋ, ਮਾਣ ਕਰਦੇ ਨੇ ਆਪਣੇ ਖਿਡਾਰੀ, ਆਪਣੇ ਇਹਨਾਂ ਖਿਡਾਰੀਆਂ ਤੇ ਪੈਂਦੀ ਹੋਈ ਕਬੱਡੀ ਰੇਸ਼ਮ ਦੇ ਨਾਲ ਹੱਥ ਜੋੜੀਆਂ ਹੋ ਚੁੱਕੀਆਂ ਨੇ, ਔਰ ਪੁਆਇੰਟ ਜਿਹੜਾ ਨਿੰਦਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਕਹਿੰਦੇ ਭੁੱਲ ਕੇ ਵੀ ਮਾੜੇ ਤੇ ਕਹਿਰ ਗੁਜ਼ਾਰੋ ਨਾ, ਭਾਵੇਂ ਕਰੋੜਪਤੀ ਹੋ ਜਾਓ ਪਰ ਰੱਬ ਨੂੰ ਵਿਸਾਰੋ ਨਾ, ਤਕੜਾ ਹੋਣਾ ਮਾੜਾ ਇਹ ਸਭ ਉੱਪਰ ਵਾਲੇ ਦੀ ਤੀਰ ਅੰਦਾਜ਼ੀ ਏ, ਸੁਖਿਆ ਐਂਟਰ ਹੁੰਦੇ ਸਭ ਜਿੱਤਣ ਦੇ ਲਈ, ਕੋਈ ਤਕੜਾ ਖੇਡਦਾ ਕੋਈ ਮਾੜਾ ਖੇਡਦਾ, ਇਹ ਕੌਡੀ ਤਾਂ ਤਿਲਕਨ ਬਾਜੀ ਏ। ਬਰਾੜਾਂ ਦਾ ਪੁੱਤ ਮੇਰੇ ਵੀਰਿਓ ਬਹੁਤ ਹੀ ਵਧੀਆ ਜਾਫੀ ਕੋਸ਼ਿਸ਼, ਵਾਜਿਬ ਇਹਨੂੰ ਹਰਪ੍ਰੀਤ ਆਖਦੇ ਨੇ ਮੇਰੇ ਵੀਰਿਓ, ਗੁਰਮੀਤ ਸਿੰਘ ਦਾ ਪੁੱਤਰ ਹੈ ਸੰਧੂ ਪਰਿਵਾਰ ਦਾ, ਪਰ ਕੋਸ਼ਿਸ਼ ਨਾ ਕਾਮਯਾਬ। ਸਾਡਾ ਵੀਰ ਦੀਪਾ 500 ਰੁਪਈਆ ਲੁਹਾਮਾ ਵਾਲੇ ਕਰਮੇ ਦੇ ਲਈ ਭੇਜਦਾ, ਸੋ ਸਪੇਅਰ ਖਿਡਾਰੀ 500 ਰੁਪਈਆ ਕਰਮਿਆ ਤੇਰਾ ਮੇਰੇ ਕੋਲੇ ਹੈ, ਫੜ ਲਈ ਮੇਰਾ ਵੀਰ। ਹੈਲੋ ਹਾਂਜੀ, ਹਰਜੀਤ ਫਰੈਂਡਸ ਅਕੈਡਮੀ ਪੱਤੋ ਹੀਰਾ ਸਿੰਘ ਵਰਸਸ ਮਾਲਵਾ ਅਕੈਡਮੀ ਨੂੰ ਸਾਡੀ ਲਾਸਟ ਕਾਲ ਹੈ। ਹਾਂਜੀ, ਇੱਕ ਬੇਨਤੀ ਹੈ ਜੀ, ਲਓ ਜੀ ਅੱਗੇ ਅਰਸ਼ ਨਾਂ ਹੈ ਇਸ ਖਿਡਾਰੀ ਦਾ, ਪਾਉਂਦਾ ਹੋਇਆ ਕਬੱਡੀ ਬਹੁਤ ਹੀ ਸੋਹਣੀ ਖੇਡਦਾ ਮਾਲਕ ਮੇਰੇ ਵੀਰੋ। ਹੈਲੋ ਸੁੱਖੇ ਭਾਈ, ਆਪਾਂ ਬੈਸਟ ਰੇਟਰ ਜਾਫੀ ਨੂੰ ਜਿਹੜੇ ਕਲਰ ਟੀਵੀ ਦੇਣੇ, ਆਪਣੇ ਕੌਣ ਕੱਢ ਰਿਹਾ ਜੀ ਬੈਸਟ ਰੇਟਰ ਜਾਫੀ?
ਆ ਗੁਰਪ੍ਰੀਤ ਨਾ ਜੀ ਨਾ, ਉਹ ਤਾਂ ਸਹਿਜੀ ਦੇ ਪਾਸੇ ਬੈਠੇ, ਪਹਿਲਾਂ ਆਪਾਂ ਆਵਾਜ਼ ਹੀ ਨਹੀਂ ਦਿੱਤੀ। ਸਹਿਜੀ ਸਾਹਿਬ, ਗੁਰਪ੍ਰੀਤ ਸਹਿਜੀ ਜੀ, ਬਾਈ ਜੀ, ਬਾਕੀ ਤਾਂ ਜੀ ਪਤਾ ਹੀ ਹੈ ਕੋਚਾਂ ਨੂੰ ਵੀ, ਆਪਣੇ ਖਿਡਾਰੀਆਂ ਨੂੰ, ਪਰ ਸਹਿਜੀ ਜਾਣੀ ਜਿੰਨਾ ਕੁ ਤੁਹਾਨੂੰ ਪਤਾ, ਬਾਕੀ ਨੋਟ ਕਰ ਲਓ ਸਹਿਜੀ ਸਾਹਿਬ। ਬੈਸਟ ਰੇਡਰ ਤੇ ਜਾਪੀ ਆਪਾਂ ਪਿੰਡ ਵਾਰ ਦੇ ਵੀ ਕੱਢਣੇ ਆ। ਮੈਂ ਤਕਰੀਬਨ ਤੁਸੀਂ ਮਾੜਾ ਜਿਹਾ ਜੱਫਿਆਂ ਦਾ ਤੇ ਰੇਟਾਂ ਦਾ ਨੋਟ ਕਰ ਲਿਓ। ਆ ਪੰਜਵੀਂ ਰੇਟ ਗਗਨ ਦੀ ਹੈ ਗੁਰਪ੍ਰੀਤ, ਮੇਰਾ ਵੀਰ ਲਾਓ ਜੀ ਸਾਹਮਣੇ। ਗਗਨ ਇਸ ਵਕਤ ਕਬੱਡੀ ਪਾਉਂਦਾ ਹੋਇਆ, ਜਿੱਥੇ ਜਗਤਾਰ ਸਿੰਘ ਦੀ, ਅਵਤਾਰ ਸਿੰਘ ਦੀ ਤਾਰੀ ਸਾਡਾ ਵੀਰ, ਉਹਨਾਂ ਦੇ ਨਾਲ ਹੀ ਸਾਡਾ ਵੀਰ ਬਲਵਿੰਦਰ ਬਾਬੀ ਡੈਮਨ ਵਾਲੀਆ, ਭਰਾਵਾਂ ਵਰਗਾ ਪਿਆਰ ਹੈ ਆਲਮ ਵਾਲੀਏ ਦੇ ਨਾਲ। ਬਹੁਤ ਬਹੁਤ ਧੰਨਵਾਦ ਹੈ ਬਲਵਿੰਦਰ ਬਾਬੀ ਜੀ ਆਲਮ ਵਾਲੀਏ, ਸਾਡੇ ਵੀਰ ਅਵਤਾਰ ਤਾਰੀ ਹਾਂਗਕਾਂਗ ਵਾਲੇ ਉੱਗੇ ਬਿਜ਼ਨਸਮੈਨਾਂ ਦੇ ਵਿੱਚੋਂ ਇੱਕ ਨੇ, ਖੇਡ ਪ੍ਰਮੋਟਰਾਂ ਦੇ ਵਿੱਚੋਂ ਇੱਕ ਨੇ। ਸੋ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ 11,000 ਦੀ ਵੀ ਗੱਲ ਕੀਤੀ ਹੋਈ ਹੈ। ਚੱਲ ਵੀ ਕਰਮਾ ਲੋਹਾਮਾ ਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਵਿਰੋਧੀਆਂ ਦੇ ਵਿਹੜੇ ਫੇਰ ਵੱਧਦਾ ਹੋਇਆ ਚਾਰ ਖਿਡਾਰੀ ਖੜੇ ਨੇ। ਨਾਲ ਹੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਬਾਬਾ ਜੀ ਵੱਲੋਂ, ਜੋ ਚੰਦਨਾਮਿਆਂ ਦੇ ਛਬੀਲ ਵਾਲੇ ਸਾਡੇ ਵੀਰ ਨੇ, ਜਿਹੜੇ ਕੱਲ੍ਹ ਤੋਂ ਆਪਣੇ ਜਲ ਦੀਆਂ ਸੇਵਾਵਾਂ, ਬਿਲਕੁਲ ਜਿੱਧਰ ਇੱਧਰ ਮਠਾੜੂ ਬਿਲਡਰਸ ਵਾਲਿਆਂ ਦਾ ਬੈਨਰ ਲੱਗਾ ਹੋਇਆ ਹੈ, ਇਹਦੇ ਬੈਕ ਸਾਈਡ ਉਹਨਾਂ ਨੇ ਜਿਹੜੇ ਜਲ ਸੇਵਾ ਦੀ ਛਬੀਲ ਜਿਹੜੀ ਲਾਈ ਹੋਈ ਹੈ, ਅਸੀਂ ਬਾਬਾ ਜੀ ਵੱਲੋਂ ਔਰ ਸਮੁੱਚੀ ਸਾਧ ਸੰਗਤ ਵੱਲੋਂ ਉਹ ਸਾਡੇ ਸੇਵਾਦਾਰਾਂ ਦਾ, ਜਲ ਸੇਵਾ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ। ਨਾਲ ਹੀ ਫਾਈਨਲ ਮੈਚ ਦੀਆਂ ਸੁੱਖਾ ਜੀ ਦੋਨੋਂ ਟੀਮਾਂ ਵੀ ਜਿਹੜੀਆਂ ਬੁਲਾ ਲਓ, ਆਪਣਾ ਮਾਲਵਾ ਕਲੱਬ ਮੋਗਾ ਆ ਗਏ ਹੈ, ਨਾਲ ਹੀ ਆਪਣਾ ਹਰਜੀਤ ਫਰੈਂਡ ਕਲੱਬ ਪੱਤੋ ਹੀਰਾ ਸਿੰਘ। ਲੱਗਦੀ ਸਾਹਮਣੇ ਪਈ ਹੋਈ ਕਬੱਡੀ ਅਰਸ਼ ਆਖਦੇ ਨੇ ਇਸ ਨੌਜਵਾਨ ਨੂੰ, ਸੋਹਣਾ ਖੇਡਦਾ ਨਹਿਲਾ ਮੇਰੇ ਵੀਰੋ, ਭੁੱਲਣਾ ਦਾ ਪੁੱਤਰ ਨਹਿਲਾ, ਜਿਹਨੇ ਇਸ ਵਕਤ ਜੱਫਾ ਲਾ ਦਿੱਤਾ। ਸ਼ਿੰਦਰਪਾਲ ਧੰਮੇ ਦਾ ਭਾਈ, ਧੰਮਾ ਕਨੇਡਾ ਦਾ ਭਾਈ, ਉਹ ਜਿੱਥੇ ਕਿਤੇ ਵੀ ਆਵਾਜ਼ ਸੁਣਦਾ ਜਲਦੀ ਆਵੇ। ਬਹੁਤ ਹੀ ਵਧੀਆ ਪੁਆਇੰਟ ਮੇਰੇ ਵੀਰੋ, ਜੋਗੇ ਬਾਲ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਇਹ ਮੇਰੇ ਵੀਰੋ। 51,000 ਤੇ 41,000 ਦਾ ਜਿਹੜਾ ਇਹ ਫੈਸਲਾ ਹੋ ਰਿਹਾ ਮੈਚ ਹੈ, ਦੇਖਣ ਵਾਲਾ ਮੈਚ ਹੈ ਮੇਰੇ ਵੀਰੋ। ਨਾਲ ਦੀ ਨਾਲ ਬੈਸਟ ਰੇਡਰ ਤੇ ਜਾਫੀ ਵੀ ਕੱਢੇ ਜਾ ਰਹੇ ਹੈ। ਇਹ ਗਗਨ ਜੋਗੇਵਾਲ ਦੀ ਧਰਤੀ ਦਾ ਰੇਸ਼ਮ ਨੇ ਕੋਸ਼ਿਸ਼ ਕੀਤੀ, ਹੱਥ ਰੱਖ ਕੱਢ ਕੇ ਬਗਾਨਾ ਪੁੱਤ ਮਾਰਿਆ, ਹੁੰਦਾ ਜਿਵੇਂ ਮੱਖਣ ਚ ਵਾਲ ਲਈ, ਚੰਗਾ ਮੁੱਲ ਪਾਇਆ ਸਾਡਾ ਹੀਰੀਏ, ਮੱਝੀਆਂ ਚ ਰੱਖ ਕੇ 12 ਸਾਲ ਲਈ। ਬਹੁਤ ਸੋਹਣਾ ਪੁਆਇੰਟ ਗਗਨ ਦਾ, ਲੋਹਾਮਾ ਦੀ ਧਰਤੀ ਦਾ ਕਰਮਾ ਵਾਧਾ ਹੋਇਆ, ਕਮਾਉਣਾ ਕੰਨ ਪੜਵਾਉਣਾ ਸਾਧ ਅਖਵਾਉਣਾ, ਇਹ ਜਣੇ ਖਣੇ ਦੇ ਵੱਸ ਦਾ ਨਹੀਂ, ਬੋਲ ਪਗਾਉਣਾ ਗੱਲ ਪਚਾਉਣਾ ਯਾਰੀ ਨਿਭਾਉਣਾ, ਇਹ ਜੜੇ ਖਣੇ ਦੇ ਵੱਸ ਦਾ ਦੀ, ਰੇਡਰ ਬਣ ਕੇ ਪੁਆਇੰਟ ਲਿਆਉਣਾ, ਜਾਫੀ ਬਣ ਕੇ ਜੱਫਾ ਲਾਉਣਾ, ਇਹ ਜੜੇ ਖਣੇ ਦੇ ਵੱਸ ਦਾ ਨਹੀਂ। ਓਵਰ ਟੂ ਸਟੇਜ। 100 ਰੁਪਇਆ ਸਰਦਾਰ ਜੋਰਾ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ, ਤੇ 100 ਰੁਪਇਆ ਚਮਕੌਰ ਸਿੰਘ ਜੀ ਚੰਦ ਪ੍ਰਾਣਾ ਭਰਾਤਾ ਸੰਤ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਜੀ, ਉਹ ਉਸ ਸਿੱਖ ਖਿਡਾਰੀ ਵਾਸਤੇ ਹੈ ਜਿਹੜਾ ਚੜ੍ਹਦੇ ਪਾਸੇ ਰੇਡ ਰੇਡਰ ਹੈ। ਗਗਨ ਦੇ ਲਈ 700 ਰੁਪਇਆ ਬਾਈ ਜੀ, ਮਹਾਂਪੁਰਸ਼ਾਂ ਦੇ ਵੱਡੇ ਭਰਾ ਜੀ ਔਰ ਮਹਾਨ ਸ਼ਸ਼ੀਤਾਂ ਵੱਲੋਂ 700 ਦੀ ਗੱਲ ਆ ਗਈ ਹੈ। 5 ਵਾਹ ਸੱਜਣਾ ਪਾਲੇ ਨੇ ਕੋਸ਼ਿਸ਼ ਕੀਤੀ, ਪਰ ਪੁਆਇੰਟ ਜਿਹੜਾ ਗਗਨ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਬੈਸਟ ਰੇਡਰ ਤੇ ਜਾਫੀ ਕੱਢਿਆ ਜਾਣਾ ਹੈ। ਲਓ ਜੀ 10 ਦੇਣੇ ਬਾਅਦ ਦੇ ਵਿੱਚ
ਹੈਲੋ ਨਾਲ ਹੀ ਜੀ ਆਪਾਂ ਬਗੀਚੇ ਦਾ ਤੇ ਨਹਿਲ ਦਾ ਇੱਕ ਇੱਕ ਜੱਫਾ ਹੈ। ਗਗਨ ਦੀਆਂ ਨੌ ਕਬੱਡੀਆਂ, ਗਗਨ ਬੈਸਟ ਰੇਡਰ, ਤਾਲੀਆਂ ਮਾਰ ਦਿਓ ਬਾਈ ਜੀ। ਗਗਨ ਜੋਗੇ ਵਾਲੀਆ ਤੇ ਬੈਸਟ ਜਾਫੀ, ਬੈਸਟ ਜਾਫੀ ਐਂਡਗੜ੍ਹ ਦਾ ਬਗੀਚਾ, ਤਾੜੀਆਂ ਮਾਰ ਦਿਓ ਬਾਈ ਜੀ ਜ਼ੋਰ ਦੇ ਨਾਲ। ਵਾਹ ਵੀ ਵਾਹ, ਬੈਸਟ ਜਾਫੀ ਕੱਢ ਦਿੱਤੇ ਜੀ। ਬਹੁਤ ਬਹੁਤ ਧੰਨਵਾਦ ਜੀ ਗੁਰਵੀਰ ਤੇ ਧੰਮਾ ਚੰਦਾ ਤੋਂ, ਸਾਡੇ ਵੀਰ ਗੁਰਵੀਰ ਤੇ ਧੰਮਾ, ਬਹੁਤ ਸਾਰਾ ਮਾਣ ਇਹਨਾਂ ਵੱਲੋਂ ਹੈ। ਸੋ ਧੰਨਵਾਦ ਫਸਟ ਪ੍ਰਾਈਜ਼ ਦੇ, ਔਰ ਅੱਜ ਦੇ ਚੀਫ ਗੈਸਟ ਸਾਡੇ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ, ਇਸ ਖੇਡ ਮੇਲੇ ਦੇ ਚੀਫ ਗੈਸਟ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ, ਔਰ ਸਾਡੇ ਵੀਰ ਸੇਖੋ ਸਾਹਿਬ, ਦੋਨਾਂ ਸ਼ਖਸੀਅਤਾਂ ਦੇ ਰਿਣੀ ਆ, ਧੰਨਵਾਦ। ਹੈਲੋ ਹੈਲੋ ਲਓ ਜੀ, ਮੈਂ ਦੱਸ ਦੇਵਾਂ ਵੀ ਜੋਗੇ ਵਾਲੇ ਦੇ 11 ਅੰਕ ਨੇ, 7.5 ਲੋਹਾਮਾ ਦੇ ਸੀ ਇਹ ਫਾਈਨਲ ਮੁਕਾਬਲੇ ਦੀਆਂ ਜਿਹੜੀਆਂ ਘੜੀਆਂ ਨੇ। ਆਪਣਾ ਸੁੱਖੇ ਕਮੇਟੀ ਸਰਦਾਰ ਗੁਰਪ੍ਰੀਤ ਸਿੰਘ ਜੱਗੀ ਆਸਟ੍ਰੇਲੀਆ, ਜਿਨ੍ਹਾਂ ਵੱਲੋਂ ਦੂਜਾ ਇਨਾਮ 40,000 ਰੁਪਏ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਉਹ ਆਪਣਾ ਮਾਣ ਸਨਮਾਨ ਲੈਣ। ਸੁੱਖੇ ਮੱਖਣ ਬਰਾੜ ਜੀ ਨੂੰ ਪਲੀਜ਼ ਉਹ ਗਰਾਊਂਡ ਜਾਣ ਜੀ। ਮੱਖਣ ਬਰਾੜ ਜੀ, ਸੁੱਖੇ ਬੇਦੀ ਵਾਲਾ ਜੇਤੂ ਹੈ ਜੀ, ਜੋਗੇ ਵਾਲਾ ਜੇਤੂ ਹੈ, ਠੀਕ ਹੈ ਜੀ। ਲਾਸਟ ਮੈਚ ਹੈ ਬਰਾੜ ਸਾਹਿਬ ਜੀ, 2 ਮਿੰਟ ਜਾਓ ਜ਼ਰੂਰੀ। ਹੁਣ ਤੁਹਾਡੇ ਸਾਹਮਣੇ ਹਰਜੀਤ ਫਰੈਂਡਸ ਅਕੈਡਮੀ ਪੱਤੋ ਹੀਰਾ ਸਿੰਘ ਤੇ ਵਰਸਿਸ ਮਾਲਵਾ ਅਕੈਡਮੀ ਮੋਗਾ ਦਾ ਫਾਈਨਲ ਮੈਚ, ਜਿਹੜਾ ਓਪਨ ਦਾ ਫਾਈਨਲ ਮੈਚ ਹੋ ਕੇ ਹਟਿਆ। ਗਗਨ ਬੈਸਟ ਰੇਡਰ ਹੈ, ਹੈਲੋ ਰਣਜੀਤ ਸਟੂਡੀਓ ਦੀ ਬਗੀਚਾ ਇੰਦਗੜ, ਰਣਜੀਤ ਸਟੂਡੀਓ ਇਧਰ ਸਾਡੇ ਗੁਰਪ੍ਰੀਤ ਸਿੰਘ ਜੀ ਜੱਗਾ ਆਸਟ੍ਰੇਲੀਆ, ਜਿਹੜੇ ਵੀਰਾਂ ਦੇ ਵੱਡੇ ਸਹਿਯੋਗ ਹੈ ਇਸ ਖੇਡ ਮੇਲੇ ਦੇ ਲਈ, ਉਹਨਾਂ ਦੇ ਪਰਿਵਾਰਕ ਸੱਜਣ ਆਪਣਾ ਸਨਮਾਨਜਨ ਪ੍ਰਾਪਤ ਕਰ ਰਹੇ ਨੇ। ਨਾਲ ਹੀ ਮਠਾੜੂ ਬਿਲਡਰਸ ਵਾਲੇ ਵੀਰਾਂ ਨੂੰ ਵੀ ਬੇਨਤੀ ਹੋ ਵੀ ਆਪਣਾ ਸਨਮਾਨਜਨ ਪ੍ਰਾਪਤ ਕਰ ਲੈਣ ਜੀ। ਮਠਾੜੂ ਬਿਲਡਰਸ ਵਾਲੇ, ਗਗਨ ਦਾ 200 ਰੁਪਇਆ ਮੇਰੇ ਕੋਲ ਸਟੇਜ ਤੋਂ ਆ ਕੇ ਲੈ ਜਾਵੇ। ਬੈਸਟ ਰੇਡਰ ਗਗਨ, 200 ਰੁਪਇਆ ਮੇਰੇ ਕੋਲ ਇਨਾਮ ਹੈ ਉਹਨਾਂ ਦਾ। ਸਾਡੇ ਦਰਮਿਆਨ ਬਲਰਾਜ ਸਿੰਗਲਾ ਜੀ, ਅਜੀਤ ਦੇ ਪ੍ਰੈਸ ਰਿਪੋਰਟਰ ਨੇ ਜੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹੈ। ਨਾਲ ਹੀ ਲਾਡੀ ਯੂਕੇ ਸੇਲ ਬਰਾਹੇ ਤੋਂ ਸਾਡੇ ਨਾਲ ਜੁੜਿਆ ਹੋਇਆ, ਉਹਦਾ ਵੀ ਧੰਨਵਾਦ। ਮੱਖਣ ਬਰਾੜ ਜੀ ਮਾਲਕਾਂ ਵਾਲੇ, ਜੋ ਆਪਣੇ ਪੰਜਾਬ ਦੀ ਧੜਕਣ ਨੇ। ਸੋ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਣੇ ਫਿਰ ਬੋਲ ਸਾਂਝੇ ਕਰਨ ਲਈ ਪਹੁੰਚੇ ਨੇ, ਵੈਲਕਮ ਮੱਖਣ ਬਰਾੜ ਜੀ। ਕਹਿੰਦਾ ਜਿਉਂਦੇ ਮਾਪਿਆਂ ਨੂੰ ਪੁੱਛਿਆ ਨਹੀਂ ਪਾਣੀ, ਤੇ ਦੁੱਧ ਬਾਹਮਣਾ ਮੂਰਖ ਧਰੀ ਜਾਂਦਾ, ਉਹ ਪਾਠ ਪੜ੍ਹਦੇ ਤੇ ਸੁਣਦੇ ਨੂੰ ਨੀਂਦ ਆਉਂਦੀ, ਤੇ ਚੌਂਕੀ ਬੂਬ ਨੇ ਸਾਧ ਦੀ ਭਰੀ ਜਾਂਦਾ, ਉਹ ਝਗੜਾ ਕਰਦਾ ਸੀ ਘਰੇ ਨਵੇੜ ਲੈਂਦਾ, ਹੁਣ ਕਿਉਂ ਮਿੰਤ ਛਪਾਈਆਂ ਦੀ ਕਰੀ ਜਾਂਦਾ, ਉਹ ਮਾਂ ਬਾਪ ਦੇ ਬੋਲਦਾ ਨਿੱਤ ਮੂਹਰੇ, ਤੇ ਮੱਖਣ ਬਰਾੜਾ ਜਨਾਨੀ ਤੋਂ ਡਰੀ ਜਾਂਦਾ। ਉਹ ਚੰਗਾ ਹੁੰਦਾ ਡਰਨਾ ਪਤੰਦਰ, ਪੰਗਾ ਨਾ ਲੈ ਲਿਓ ਕਿਤੇ। ਗਾਉਣ ਵਾਲੇ ਦੀ ਹਿੱਕ ਵਿੱਚ ਜ਼ੋਰ ਹੈ ਨੀ, ਤੇ ਇਕੱਲੇ ਸਾਜ ਵਜਾਉਣ ਦਾ ਕੀ ਫਾਇਦਾ, ਤੇ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ, ਤੇ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ, ਤੇ ਕਰਜ਼ਾ ਲੈ ਕੇ ਜਿਨ੍ਹਾਂ ਨੇ ਮੋੜਨਾ ਹੀ ਨਹੀਂ, ਤੇ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ, ਤੇ ਨਾ ਹੀ ਰੇਟ ਪਾਉਣੀ ਤੇ ਨਾ ਹੀ ਜੱਫਾ ਲਾਉਣਾ, ਬਾਈ ਫਿਰ ਕੱਪੜੇ ਲਾਉਣ ਦਾ ਵੀ ਕੀ ਫਾਇਦਾ। ਅਵਾਰਾ ਕੁੱਤੇ ਦੇ ਮਾਰਦਾ ਡਾਂਗ ਹਰ ਕੋਈ, ਤੇ ਪਟਾ ਹੋਵੇ ਤਾਂ ਵੱਟਾ ਕੋਈ ਮਾਰਦਾ ਨਹੀਂ, ਤੇ ਵੋਟਾਂ ਬਾਹਲੀਆਂ ਤੇ ਜਿੱਤਿਆ ਹੋਵੇ ਲੀਡਰ, ਤੇ ਡੱਕਾ ਕਿਸੇ ਦਾ ਉਹ ਸਵਾਰਦਾ ਨਹੀਂ, ਤੇ ਇੱਜ਼ਤ ਮਾਪਿਆਂ ਦੀ ਪੈਰਾਂ ਵਿੱਚ ਰੋਲੇ,
ਤੇ ਚੰਗਾ ਕੰਮ ਹੈ ਉਸ ਮੁਟਿਆਰ ਦਾ ਨਹੀਂ, ਤੇ ਜਿਹੜੇ ਗਾਣੇ ਚੋਂ ਨਗੇਜ ਦੀ ਝਲਕ ਮਾਰੇ ਉਹ ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ, ਲਿਖਿਆ ਹੋਣਾ ਉਹ ਮੱਖਣ ਬਰਾੜ ਦਾ ਨਹੀਂ। ਜ਼ਖਮ ਗਲੇ ਦੇ ਲੂਣ ਨਾਲ ਠੀਕ ਹੁੰਦੇ, ਬਾਕੀ ਜ਼ਖਮਾਂ ਨੂੰ ਲੂਣ ਵੀ ਸਾੜਦਾ ਏ। ਮੀਂਹ ਪਵੇ ਤਾਂ ਫਸਲ ਲਈ ਬਹੁਤ ਚੰਗਾ, ਬਾਲਾ ਮੀਂਹ ਵੀ ਫਸਲ ਨੂੰ ਮਾਰਦਾ ਏ। ਕਹਿੰਦਾ ਬਿੱਲਾ ਦੁੱਧ ਪੀ ਜੇ ਉਦੋਂ ਨੀ ਦੁੱਖ ਲੱਗਦਾ, ਲੱਗਦਾ ਦੁੱਖ ਜਦ ਮੁੱਛਾਂ ਸਵਾਰਦਾ ਏ। ਕਹਿੰਦਾ ਬਿੱਲਾ ਦੁੱਧ ਪੀ ਜੇ ਉਦੋਂ ਨੀ ਦੁੱਖ ਲੱਗਦਾ, ਲੱਗਦਾ ਦੁੱਖ ਜਦ ਮੁੱਛਾਂ ਸਵਾਰਦਾ ਏ। ਬਰਾੜਾ ਮੱਖਣ ਬਰਾੜਾ ਚੁਗਲਖੋਰ ਦੀ ਮਰੇ ਉਹ ਕਹਿੰਦੇ ਚੁਗਲਖੋਰ ਮਰ ਜੇ ਜਿਹੜਾ ਚੁਗਲੀ ਕਰਕੇ ਘਰਾਂ ਨੂੰ ਪਾੜਦਾ ਏ, ਚੁਗਲੀ ਕਰਕੇ ਜੋ ਘਰਾਂ ਨੂੰ ਪਾੜਦਾ ਏ। ਹਾਂਜੀ ਲਓ ਵੀ ਚੈੱਕ ਕਰਾਇਆ ਕਰੋ ਆਪ ਦੀ ਜ਼ਰੂਰ। ਮੱਝਾਂ ਗਾਈਆਂ ਦੇ ਲੱਗਦੇ ਸਨ ਟੀਕੇ ਤੇ ਅੱਜ ਕੱਲ੍ਹ ਲੱਗਦੇ ਆ ਕਬੱਡੀ ਖਿਡਾਰੀਆਂ ਦੇ। ਦੇਖ ਲਓ ਆਪਾਂ ਕਹਿੰਦੇ ਮੈਂ ਹੁਣ ਪੂਰਾ ਕਰਨਾ ਸੀ ਸ਼ੇਅਰ ਨਹੀਂ ਕਰਦਾ ਗਾ, ਇੰਨੀ ਕੁ ਆਪਾਂ ਦੱਸ ਦਿੰਦੇ ਹਾਂ ਮੁੰਡਿਆਂ ਨੂੰ। ਹਰ ਜੋ ਮਿੱਤਰੋ ਨਸ਼ੇ ਕਰਨੇ ਛੱਡ ਦਿਓ, ਦੋਸਤੋ ਆਪਾਂ ਇੱਕ ਵਾਰੀ ਤਾੜੀ ਮਾਰੋ ਇਹਨਾਂ ਕੋਲ, ਨਸ਼ੇ ਕਰਨੇ ਛੱਡ ਦਿਓ ਸਾਰੇ ਜਾਣੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਇਹ ਗੇਮਾਂ ਇਹਨਾਂ ਵਾਸਤੇ ਬਾਬਾ ਜੀ ਨੇ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਹੋਈਏ, ਨਸ਼ੇ ਛੱਡੀਏ। ਆਹ ਮੁੰਡਾ ਜਿੰਨੇ ਮੈਂ ਸ਼ੇਅਰ ਹੁਣੇ ਬੋਲ ਕੇ ਹਟਿਆ, 101 ਸ਼ੇਅਰ ਨੇ ਇਸ ਬੁੱਕ ਦੇ ਵਿੱਚ, ਇਹ ਤੁਹਾਡੇ ਕੋਲ ਗੇੜਾ ਲਾਊਗਾ। ਨਸ਼ਿਆਂ ਦੇ ਵਿਰੁੱਧ ਵੀ ਹੈ, ਬਾਕੀ ਕਬੱਡੀ ਵਾਸਤੇ ਵੀ ਹੈ, ਬਾਕੀ ਸਮਾਜ ਵਾਸਤੇ ਵੀ ਹੈ, ਸਿਹਤ। ਮੈਂ ਜੋ ਵੀ ਕੁਛ ਲਿਖਦਾ ਮੈਂ ਉਹ ਤੁਕਬੰਦੀ 'ਚ ਨਹੀਂ ਕਰਦਾ ਹੁੰਦਾ। ਬੋਤੀ ਉੱਤੇ ਬਹਿ ਕੇ ਤਿੰਨ ਨਿਹੰਗ ਜੀ ਦੇ ਉੱਠਣ ਲੱਗੀ, ਬੋਤੀ ਪਈ ਰੰਗ ਜੀ, ਇਹੋ ਜਿਹਾ ਕੁਛ ਨਹੀਂ ਲਿਖਿਆ ਦੋਸਤੋ। ਜੋ ਵੀ ਲਿਖਿਆ ਉਹ ਬਹੁਤ ਵਧੀਆ ਲਿਖਣ ਦੀ ਕੋਸ਼ਿਸ਼ ਕੀਤੀ ਅੱਜ ਤੱਕ। ਮੀਆਂ ਬੀਵੀ ਦੀ ਜ਼ਿੰਦਗੀ ਨਰਕ ਬਣ ਜੇ, ਤਰਦਾ ਇੱਕ ਜੇ ਦੂਜੇ ਤੇ ਸ਼ੱਕ ਹੋਵੇ, ਤੇ ਬਹੁਤਾ ਚਿਰ ਉਹ ਸਹੁਰਿਆਂ ਦੇ ਨਹੀਂ ਵਸਦੀ ਜਿਹੜੀ ਤੀਵੀਂ ਨੂੰ ਪੇਕਿਆਂ ਦੀ ਚੱਕ ਹੋਵੇ, ਤੇ ਆਪਣੀ ਨੂੰਹ ਦੀਆਂ ਲੋਕਾਂ ਕੋਲ ਕਰੂ ਗੱਲਾਂ ਜਿਹੜੀ ਬੁੜੀ ਨੂੰ ਜਮਾਂ ਨਾ ਮੱਤ ਹੋਵੇ। ਤੇ ਹੁਣ ਤੱਕਰ ਲਿਖ ਕੇ ਕਾਪੀਆਂ ਭਰ ਦਿੰਦਾ, ਮੱਖਣ ਬਰਾੜ ਨੇ ਲਿਖਣਾ ਜੇ ਗੱਪ ਹੋਵੇ, ਮੱਖਣ ਬਰਾੜ ਨੇ ਲਿਖਣਾ ਜੇ ਗੱਪ ਹੋਵੇ। ਰੱਖ ਹੁਸਨ ਜਵਾਨੀ ਨੂੰ ਸਾਂਭ ਕੁੜੀਏ, ਤੇ ਖੜੀ ਰਹਿਣੀ ਆ ਮੱਕੀ ਦੀ ਖਿੱਲ ਵਾਂਗੂ, ਤੇ ਰੰਗ ਰੂਪ ਜਦੋਂ ਤੇਰਾ ਉੱਡ ਗਿਆ ਨੀ, ਤੇ ਭੈੜੀ ਲੱਗੇਗੀ ਬਿਜਲੀ ਦੇ ਬਿੱਲ ਵਾਂਗੂ। ਆ ਜਾ ਵੀ ਮੁੰਡਿਆ ਹੁਣ ਤੋਂ। ਥੈਂਕ ਯੂ, ਤਾੜੀਆਂ ਮਾਰ ਦਿਓ ਜੀ ਵਿਰਾਟ ਸਾਹਿਬ ਦੇ ਨਾਂ ਤੇ। ਹੈਲੋ ਸੁੱਖਾ, ਜਿਹੜਾ ਮੈਂ ਸ਼ੁਰੂ ਹੋਣ ਜਾ ਰਿਹਾ ਸੁੱਖੇ, ਇੱਕ ਨੋਟ ਕਰ ਲਿਓ। ਮਾਲਵਾ ਕਲੱਬ ਦੇ ਜਾਫੀ ਜਿੰਨੇ ਜੱਫੇ ਲਾਉਣਗੇ ਨਾ, ਇਹਦੇ 'ਚ ਪ੍ਰੇਮ ਕਪੂਰਿਆਂ ਵਾਲੇ ਦੇ ਮਾਮਾ ਜੀ ਦੇ ਲੜਕੇ ਅਕਵਾਲ ਸਿੰਘ ਮੁਸਾਫਿਰ, ਅਕਵਾਲ ਹੇਰ ਗੁਰਦੇਵ ਬਾਈ ਸਿੰਘ ਵਾਲੇ ਤੋਂ ਮਲਕੀਤ ਅਲੀ, ਤੇ ਮਾਲਵਾ ਕਲੱਬ ਦੇ ਸਾਰੇ ਜਾਫੀਆਂ ਦੇ ਲਈ 100 ਮਾਣ ਹੋਊ ਜਿੰਨੇ ਜਾਫੀ ਜੱਫੇ ਲਾਉਣਗੇ ਪ੍ਰੇਮ ਦੇ ਮਾਮਾ ਜੀ ਦੇ ਲੜਕੇ ਇਕਬਾਲ ਵੱਲੋਂ, ਡਰੋਲੀ ਭਾਈ ਵਾਲੇ ਸਾਰੇ ਮਿੱਤਰਾਂ ਵੱਲੋਂ। ਧੰਨਵਾਦ ਜੀ। ਪਹਿਲੀ ਕਬੱਡੀ ਕਹਿੰਦੇ ਨੇ ਵੀ ਲੱਖੇ ਨੇ ਪਾ ਦਿੱਤੀ ਹੈ, ਹੇਰ ਪਰਿਵਾਰ ਦਾ ਹੀਰਾ ਸਰਦਾਰ ਜਲੌਰ ਸਿੰਘ ਦਾ ਪੁੱਤਰ ਮੇਰੇ ਵੀਰਿਓ, ਜੋ ਕਾਕਾ ਫਤਿਹਗੜੀਏ ਦੀ ਪਾਰਖੂ ਅੱਖ ਨੇ ਲੱਭਿਆ ਹੋਇਆ। ਲਾ ਜੀ ਸਾਹਮਣੇ ਕਹਿੰਦੇ ਨੇ ਵੀ ਭੀਮ ਆਖਦੇ ਨੇ ਮਾੜੂਕੇ ਦੀ ਧਰਤੀ ਦਾ ਬਹੁਤ ਹੀ ਵਧੀਆ ਬਿਹਤਰੀਨ ਖਿਡਾਰੀ ਹੈ ਮੇਰੇ ਵੀਰੋ। ਵੱਖਰਾ ਜਿਹਾ ਨਜ਼ਾਰਾ ਇਸ ਖੇਡ ਦਾ, ਇੱਕ ਪਾਸੇ ਲਾਲੇ ਦਾ ਪੁੱਤਰ ਖੜਾ ਰਮਣ, ਦੂਜੇ ਪਾਸੇ ਗਗਨ ਭਤੀਜਾ ਖੜਾ। ਆ ਕਹਿੰਦੇ ਨੇ ਵੀ ਢੇਸੀ ਪਰਿਵਾਰ ਦਾ ਸਰਦਾਰ ਮੇਜਰ ਸਿੰਘ ਦਾ ਪੁੱਤਰ ਹੈ, ਗਗੜੇ ਦੀ ਧਰਤੀ ਦਾ ਬਿੱਲਾ। ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਸਾਡੇ ਵੀਰ ਨੇ। ਰਾਮ ਗਿੱਲ ਤਾਰਾ ਕਨੇਡਾ ਮਾਲਵਾ
ਅਕੈਡਮੀ ਦੇ ਜਿੰਨੇ ਵੀ ਜਾਫੀ ਜੱਫੇ ਲਾਉਣਗੇ ਉਨੇ 700 ਰੁਪਏ ਦੀ ਗੱਲ ਕਰਨਗੇ। ਸਾਹਮਣੇ ਕਹਿੰਦੇ ਨੇ ਵੀ ਗੀਤਾ ਮੇਰੇ ਵੀਰੋ ਸਰਦਾਰ ਹਰਦਿਆਲ ਸਿੰਘ ਦਾ ਪੁੱਤਰ ਸਿੱਧਰ ਕੋਟ ਹੈ ਇਸ ਗੱਭਰੂ ਦਾ, ਔਰ ਦੂਜੇ ਪਾਸੇ ਕਹਿੰਦੇ ਨੇ ਵੀ ਜੱਫਾ ਲਾ ਦਿੱਤਾ ਜਨੇਤਪੁਰ ਦੀ ਧਰਤੀ ਦਾ। ਮੇਰੇ ਖਿਆਲ ਦੇ ਵਿੱਚ ਅਮਰੂ ਆਖਦੇ ਨੇ ਇਸ ਗੱਭਰੂ ਦੇ। ਇੱਕ ਮਿੰਟ ਵੀਰ, ਸਾਡੇ ਜਰਮਨ ਵਾਲੇ ਚਮਕੌਰ ਸਿੰਘ ਜੀ ਬਰਾੜ, ਜਿਨ੍ਹਾਂ ਦੇ ਬੜੇ ਵੱਡੇ ਸਹਿਯੋਗ ਨੇ ਸਾਡੇ ਇਸ ਲਈ, ਸਾਡੇ ਪ੍ਰਬੰਧਕ ਇੱਧਰ ਸਾਡੇ ਬਾਈ ਧਾਰੀ ਜੀ ਨਾਲ ਹੀ ਸੰਤ ਬਾਬਾ ਗੁਰਦੀਪ ਸਿੰਘ ਜੀ ਸਾਡੇ ਚਮਕੌਰ ਸਿੰਘ ਜੀ ਬਰਾੜ ਸਾਹਿਬ ਨੂੰ ਸਨਮਾਨਿਤ ਕਰਨਗੇ, ਨਾਲ ਹੀ ਉਹਨਾਂ ਦੇ ਬੇਟਾ ਡੈਨੀਅਲ ਡੈਨੀ ਬਰਾੜ ਉਹ ਵੀ ਕਿਰਪਾ ਕਰਕੇ ਆ ਜਾਣ ਜੀ, ਚਮਕੌਰ ਸਿੰਘ ਜੀ ਜਰਮਨ ਵਾਲੇ, ਔਰ ਨਾਲ ਹੀ ਉਹਨਾਂ ਦੇ ਬੇਟਾ ਡੈਨੀ ਜੀ ਉਹ ਵੀ ਕਿਰਪਾ ਕਰਕੇ ਇੱਧਰ ਬਾਬਾ ਜੀ ਉਹਨਾਂ ਨੂੰ ਯਾਦ ਕਰਦੇ ਨੇ, ਸਨਮਾਨ ਚਿੰਨ ਵਿਸ਼ੇਸ਼ ਤੌਰ ਤੇ ਸਾਡੇ ਨੂੰ ਦਿੱਤੇ ਜਾਣੇ ਹੈ। ਚਮਕੌਰ ਸਿੰਘ ਜੀ ਬਰਾੜ ਸਾਹਮਣੇ ਕਹਿੰਦੇ ਨੇ ਵੀ ਸੋਨੂ ਮੂਲਿਆ ਵਾਲੀ ਦਾ ਮੇਰੇ ਵੀਡੀਓ ਰੇਡ ਪਾਉਂਦਾ ਹੋਇਆ ਬਹੁਤ ਹੀ ਵਧੀਆ ਖਿਡਾਰੀ ਹੈ, ਇੰਦਗੜੀਏ ਬਗੀਚੇ ਨੂੰ ਟੱਚ ਕਰਨ ਨੂੰ ਫਿਰਦਾ ਮੇਰੇ ਵੀਡੀਓ, ਔਰ ਦੇਖਣਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਬੱਬੂ ਪਾ ਫਿਰ ਕਬੱਡੀ, ਕਬੱਡੀ ਤਾਂ ਪੰਜਾਬੀ ਦੀ ਸ਼ਾਨ ਬਣ ਗਈ, ਕਿੰਦਰਾ ਕਬੱਡੀ ਜਿੰਦ ਜਾਨ ਬਣ ਗਈ, ਹਰ ਪਾਸੇ ਹੁੰਦੀਆਂ ਕਬੱਡੀ ਦੀਆਂ ਗੱਲਾਂ, ਚਾਰੇ ਪਾਸੇ ਇਹਨਾਂ ਹੁਣ ਮਾਰੀਆਂ ਨੇ ਮੱਲਾਂ, ਹੁੰਦੇ ਮਾਨ ਸਨਮਾਨ ਮੁੱਢ ਤੇ ਸਫਾਰੀ, ਭੋਲੀਏ ਵਾਲਿਆ ਪਿੰਦਰਾ ਅੱਜ ਕੱਲ ਕੌਡੀ ਦੇ ਵਿੱਚ ਵੀ ਸਰਦਾਰੀ, ਕੌਡੀ ਦੇ ਵਿੱਚ ਵੀ ਸਰਦਾਰੀ। ਹੈਲੋ ਸੁੱਖਾ ਜੀ, ਹਾਂਜੀ ਇੱਕ ਮਿੰਟ ਜੀ, ਅਸੀਂ ਹੁਣ ਸਨਮਾਨ ਚਿੰਨ ਦੇਵਾਂਗੇ ਜੀ ਕਮਲਜੀਤ ਸਿੰਘ ਜੀ ਪਿੰਡਰ USA ਵਾਲੇ, ਕਮਲਜੀਤ ਸਿੰਘ ਜੀ ਪਿੰਡਰ USA ਵਾਲੇ, ਨਾਲ ਹੀ ਪੋਲ ਬਰਾੜ ਜੀ ਹਾਂਗਕਾਂਗ ਵਾਲੇ, ਕਿਰਪਾ ਕਰਕੇ ਸਾਡੇ ਸਤਿਕਾਰਯੋਗ ਸੱਜਣ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ, ਕਮਲਜੀਤ ਸਿੰਘ ਜੀ ਪਿੰਡਰ USA, ਪੋਲ ਬਰਾੜ ਜੀ ਹਾਂਗਕਾਂਗ ਵਾਲੇ, ਆਓ ਜੀ ਸਾਡੇ ਸਤਿਕਾਰਯੋਗ ਸੱਜਣ। ਹਾਂਜੀ ਸੁੱਖਾ ਕੜਿਆਲ ਜੀ ਲਾਓ ਜੀ, ਅਗਲੀ ਕਬੱਡੀ ਪਿੰਦਰੀ ਪਾਉਣ ਦੇ ਲਈ ਚੱਲਿਆ। ਮੈਂ ਦੱਸ ਦਿਆਂ ਵੀ ਆਸਟ੍ਰੇਲੀਆ ਵਿੱਚ ਮੈਲਬੋਰਨ ਸ਼ਹਿਰ ਦੇ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਪਿੰਦਰੀ ਬੱਦਰੀ ਦੀ ਧਰਤੀ ਦਾ ਮੇਰੇ ਵੀਰੋ ਇੱਕ ਖਿਡਾਰੀ ਹੈ, ਤੇ ਨਾਲ ਹੀ ਬਾਈ ਜੀ ਜਿੰਨੇ ਵੀ ਜੱਫੇ ਲੱਗਦੇ ਨੇ ਸਾਡੇ ਕੈਨੇਡਾ ਵਾਲੇ ਵੀਰ ਵੀ ਪਹੁੰਚੇ ਹੋਏ ਨੇ ਅਦਾਰੇ ਵਰਗੇ, ਉਹਨਾਂ ਨੇ ਵੀ ਦੱਸਿਆ ਵੀ ਉਹਨੇ 700 ਰੁਪਏ ਹੋੜ ਗਏ, ਨਾਲ ਹੀ ਇਕਬਾਲ ਮੁਸਾਫਰ ਸਾਡੇ ਵੀਰ, ਨਾਲ ਹੀ ਉਹਨਾਂ ਦੇ ਹਰਬੰਸ ਸਿੰਘ ਜੀ, ਨਾਲ ਇਕਬਾਲ ਹੇਰ ਤੇ ਗੁਰਦੇਵ ਬਾਈ ਮਲਕੀਤ ਮੱਲੀ ਸਾਹਿਬ ਦੀ ਗੱਲ ਕਰਦੇ ਨੇ, ਲੱਖਾਂ ਮੇਰੇ ਵੀਰੋ ਹੇਰ ਪਰਿਵਾਰ ਦਾ ਪਾਉਂਦਾ ਹੋਇਆ ਕਬੱਡੀ, ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਹੈ, ਬਿਨਾਂ ਗੱਲੋਂ ਕਰਨੀ ਲੜਾਈ ਮਾੜੀ ਹੈ, ਸਾਂਭ ਲੋ ਜਵਾਨੀ ਹੁੰਦੀ ਮਹਿੰਗੇ ਮੁੱਲ ਦੀ, ਨਸ਼ਿਆਂ ਚ ਉਮਰ ਗਵਾਈ ਮਾੜੀ ਹੈ, ਨਸ਼ਿਆਂ ਚ ਉਮਰ ਗਵਾਈ ਮਾੜੀ ਹੈ। ਬਹੁਤ ਹੀ ਵਧੀਆ ਫਾਈਨਲ ਮੈਚ ਜਿਹੜਾ ਤੁਸੀਂ ਦੇਖ ਰਹੇ ਹੋ, ਇਸ ਵਕਤ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮਾਣੂ ਕਬੱਡੀ ਦਾ, ਇਹ ਭੀਮ ਮੇਰੇ ਵੀਰੋ ਖੇਡਦਾ ਕਬੱਡੀ, ਦੇਖੋ ਪੁੱਤ ਜੱਟ ਦਾ ਹੱਥ ਲਾ ਕੇ ਆਉਂਦਾ ਯਾਰ ਉਹ ਧੂੜਾ ਪੱਟਦਾ, ਪੱਟਲੇ ਜੇ ਝੰਡੀ ਫਿਰ ਫੜਦਾ ਨਾ ਹੋਰ ਨੀ, ਸੋਹਣਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨੀ, ਸੋਹਣਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨੀ। ਹੈਲੋ, ਨਾਲ ਹੀ ਅਸੀਂ ਸਨਮਾਨਿਤ ਕਰਨ ਜਾ ਰਹੇ ਹਾਂ ਜੀ ਗੁਰਪ੍ਰੀਤ ਸਿੰਘ ਜੀ ਗੋਗੀ ਚੰਦ ਪੁਰਾਣਾ ਕੈਨੇਡਾ, ਜਿਹੜੇ ਵੀਰਾਂ ਨੇ ਇਸ ਵਰੇ ਸਾਨੂੰ 11,000 ਰੁਪਇਆ ਦਿੱਤਾ ਹੈ, ਔਰ ਕਹਿੰਦੇ ਵੀ ਆਉਂਦੇ ਵਰੇ ਦੇ ਵਿੱਚ ਜਿਹੜਾ 51,000 ਰੁਪਇਆ ਸਾਡੇ ਇਸ ਵੀਰ ਵੱਲੋਂ ਦਿੱਤਾ ਜਾਵੇਗਾ, ਕਿਰਪਾ ਕਰਕੇ ਇਹਨਾਂ ਦੇ ਪਰਿਵਾਰਕ ਸੱਜਣ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਜੀ, ਜਾਂ ਆਪ ਸਾਡੇ ਸੱਜਣ ਆਪ ਗੋਗੀ ਵੀਰ ਜੀ ਕਿਰਪਾ ਕਰਕੇ ਆਓ ਜੀ, ਗੋਗੀ ਕੈਨੇਡਾ ਜੀ ਆਇਓ ਮੇਰੇ ਵੀਰ ਜੀ,
ਬਾਪੀ ਸੋੜਾ ਤੁਹਾਡੇ ਕਮੇਟੀ ਦੇ ਮੈਂਬਰ ਵੀ ਨੇ। ਹਾਂਜੀ ਸੁੱਖਾ ਕੜਿਆਲ ਜੀ, ਨਾਲ ਦੀ ਅਗਲੀ ਕਬੱਡੀ ਗਗਨ ਜਲਾਲ ਦੀ ਧਰਤੀ ਦਾ ਉਧਰ ਬਲਰਾਜ ਸਿੰਗਲਾ ਜੀ ਦੀ ਅੱਖ ਬੈਠੀ ਹੈ, ਜਿਨ੍ਹਾਂ ਨੇ ਕੱਲ ਦੇ ਮੈਚ ਕੱਲ ਦੇ ਅਖਬਾਰ ਤੇ ਜਿੱਤ ਦੇ ਪਲ ਲਿਖ ਦੇਣੇ ਨੇ ਮੇਰੇ ਵੀਰਿਓ। ਔਰ ਮਹਾਂਪੁਰਸ਼ਾਂ ਦੇ ਨਾਲ ਬੜਾ ਪਿਆਰ ਹੈ, ਬਹੁਤ ਬਹੁਤ ਧੰਨਵਾਦ ਬਲਰਾਜ ਸਿੰਗਲਾ ਜੀ ਦਾ ਔਰ ਸਮੁੱਚੀ ਉਹਨਾਂ ਦੀ ਟੀਮ ਦਾ। ਚੱਲ ਵੀ ਸੋਨਿਆ ਪਾ ਫਿਰ ਕਬੱਡੀ, ਅਗਲੀ ਕਬੱਡੀ ਫਾਈਨਲ ਮੈਚਾਂ ਦੀ, ਕੁੱਤਾ ਹੋਰ ਮੂਰ ਦੀ ਭੱਜ ਕੇ ਲੰਘੀਏ ਨਾ, ਬਿਨਾਂ ਗੱਲੋਂ ਕਦੇ ਕਿਸੇ ਦੇ ਬਾਰ ਚ ਖੰਘੀਏ ਨਾ, ਨਕਲੀ ਖੰਘ ਹਟਾ ਕੇ ਅਗਲਾ ਅਸਲੀ ਲਾ ਦਿੰਦਾ ਜਿਹੜਾ ਨਹੀਂ ਕਿਸੇ ਤੋਂ ਰੁਕਦਾ, ਕਹਿੰਦੇ ਨੇ ਬਗੀਚਾ ਉਹਨੂੰ ਵੀ ਜੱਫਾ ਲਾ ਦਿੰਦਾ। ਹਾਂਜੀ ਸਾਡੇ ਗੁਰੂ ਘਰ ਦੇ ਸੇਵਕ ਬਾਈ ਕੁੱਕੂ ਘਾਲੀ ਜੀ, ਉਹਨਾਂ ਨੂੰ ਵੀ ਜਿਹੜਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਕੁੱਕੂ ਘਾਲੀ ਜੀ ਇਹਨਾਂ ਦੇ ਵੀ ਵੱਡੇ ਸਹਿਯੋਗ ਨੇ ਇਸ ਟੂਰਨਾਮੈਂਟ ਲਈ। ਜਗਸੀਰ ਸਿੰਘ ਜੀ ਜੱਗਾ ਚੰਦ ਪ੍ਰਾਣਾ ਕੈਨੇਡਾ, ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰੋ ਜੀ। ਜਗਸੀਰ ਸਿੰਘ ਜੀ ਜੱਗਾ ਚੰਦ ਪ੍ਰਾਣਾ ਕੈਨੇਡਾ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ। ਲਾਓ ਜੀ ਸਾਹਮਣੇ ਮੋਨਾ ਪੰਡੋਰੀ ਵਾਲਾ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਇੱਥੇ ਰੱਖ, ਡਬਲ ਟੱਚ ਦਾ ਜਿਹੜਾ ਇਹ ਫਾਇਦਾ ਹੋ ਗਿਆ ਮੋਨੇ ਨੂੰ ਅੰਕ ਰੇਡਰ ਦੇ ਹਿੱਸੇ ਦੇ ਵਿੱਚ। ਅਗਲੀ ਕਬੱਡੀ ਪਿੰਦਰੀ ਦੀ ਹੈ, ਚੰਗਾ ਮਾੜਾ ਟਾਈਮ ਯਾਰੋ ਆਉਂਦਾ ਸਭ ਤੇ, ਹਰ ਬੰਦਾ ਵਿਸ਼ਵਾਸ ਰੱਬ ਤੇ ਰੱਖਦੇ, ਜੋ ਆਕੜਾ ਉਹ ਰਹਿੰਦੇ ਕੱਲੇ ਕੱਲੇ ਹੈ। ਉਹ ਕੱਲ ਦਾ ਪਤਾ ਨੀ, ਕੱਲ ਦਾ ਪਤਾ ਨੀ ਪਿੰਦਰੀ, ਪਰ ਅੱਜ ਬੱਲੇ ਬੱਲੇ ਹੈ, ਕੱਲ ਦਾ ਪਤਾ ਨੀ ਪਰ ਅੱਜ ਬੱਲੇ ਬੱਲੇ ਹੈ। ਪਿੰਦਰੀ ਤੇ ਗਿੰਦਰ, ਗਿੰਦਰ ਤੇ ਪਿੰਦਰੀ, ਇੱਥੇ ਰੱਖ ਦਸ ਗਗੜਾ ਤੇ ਕਾਕਾ ਫਤਿਹਗੜੀਆ ਮਾਰ ਕਰਦੇ ਨੇ ਅਜਾਫੀ ਤੇ ਓਵਰਟੂ ਸਟੇਜ। ਪ੍ਰਤਾਪ ਸਿੰਘ ਜੀ ਨਿਊਜ਼ੀਲੈਂਡ, ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ। ਪ੍ਰਤਾਪ ਸਿੰਘ ਜੀ ਨਿਊਜ਼ੀਲੈਂਡ। ਲਓ ਜੀ ਇਹ ਪਹਿਲੀ ਵਾਟਰ ਬ੍ਰੇਕ ਹੋ ਚੁੱਕੀ ਹੈ, ਸੋ ਜਿੰਨੇ ਵੀ ਅੱਜ ਖੇਡ ਪ੍ਰਮੋਟਰ ਇੱਥੇ ਪਹੁੰਚੇ ਹੋਏ ਨੇ ਜਾਂ ਸਾਡੇ ਪੰਜਾਬ ਲਾਈਵ 1.com ਦੇ ਜ਼ਰੀਏ ਇਹਨਾਂ ਫਾਈਨਲ ਮੈਚਾਂ ਦਾ ਨਜ਼ਾਰਾ ਤੱਕ ਰਹੇ ਨੇ, ਜਲੰਧਰ ਸਿੰਘ ਜੀ ਸਿੱਧੂ ਪੰਜ ਗਰਾਈ, ਸੋਨੀ ਦਾਦਰ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਵੈਂਟਨ ਵਾਲੇ, ਸੋਨੀ ਸਬੱਦੀ ਵਾਲਾ, ਧਾਨਾ ਵੈਰੋ ਕੇ ਸ਼ੇਰ ਕਿੱਲ ਢਿੱਲੋਂ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਲਾਡੀ ਯੂਕੇ ਸੇਲ ਬਰਾਹੇ ਵਾਲਾ ਗੁਰਵਿੰਦਰ ਮਨੀਲਾ ਤੋਂ, ਸੋਹਣ ਗੋਰਾ ਸਾਡਾ ਵੀਰ ਹਾਂਗਕਾਂਗ ਦੇ ਵਿੱਚ ਪੱਪੂ, ਹੈਲੋ ਹਾਂਗਕਾਂਗ, ਇਹਨਾਂ ਦਾ ਵੀ ਧੰਨਵਾਦ ਹੈ। ਔਰ ਧੰਨਵਾਦ ਹੈ ਸਾਡੇ ਵੀਰ ਅਵਤਾਰ ਬਰਾੜ ਜੀ ਦਾ, ਏਜੰਟਾ ਯੂਕੇ, ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੋ ਮਹਾਂਪੁਰਸ਼ਾਂ ਦੇ ਨਾਲ ਬੜਾ ਪਿਆਰ ਰੱਖਦੇ ਨੇ। ਲਾਓ ਦੀ ਲੱਖੀ ਪਾ ਦਿੱਤੀ ਹੈ, ਬਹੁਤ ਹੀ ਵਧੀਆ ਖਿਡਾਰੀ ਲੱਖਾ ਮੇਰੇ ਵੀਰੋ, ਧਰਮਕੋਟ ਸ਼ਹਿਰ ਹੈ ਜੋ ਮੋਗੇ ਜ਼ਿਲ੍ਹੇ ਦੀ ਤਹਿਸੀਲ ਬਣ ਚੁੱਕਾ ਹੈ। ਔਰ ਦੂਜੇ ਪਾਸੇ ਸੋਨੀ ਵਕੀਲਾਂ ਦੀ ਧਰਤੀ ਦਾ, ਜਿੱਥੋਂ ਦਾ ਸੁੱਖਾ ਬਹੁਤ ਮਸ਼ਹੂਰ ਹੈ ਵਕੀਲਾਂ ਵਾਲਾ, ਔਰ ਕੋਸ਼ਿਸ਼ ਕੀਤੀ ਪਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਭੀਮ ਪਾਵੇਗਾ, ਇੱਕ ਦੁੱਖ ਤਾਂ ਦੱਸ ਦਈਏ, ਸਾਨੂੰ ਦੁੱਖ ਹਜ਼ਾਰਾਂ ਨੇ, ਦੁਸ਼ਮਣ ਦਾ ਧੋਖਾ ਦਿੰਦੇ ਸਾਨੂੰ ਧੋਖਾ ਦਿੱਤਾ ਯਾਰਾਂ ਨੇ, ਬੜਾ ਕਰ ਯਾਰਾਂ ਦਾ ਦੇਖ ਲਿਆ, ਹੁਣ ਕੱਲਿਆਂ ਰਹਿਣ ਨੂੰ ਜੀ ਕਰਦਾ, ਬਸ ਦੀ ਰਹੇ ਮਾਂ ਖੇਡ ਕਬੱਡੀ ਸੁਖਿਆ, ਦਿਨੂੰ ਦੇਖ ਦੇਖ ਨੀ ਜੀ ਭਰਦਾ। ਇੱਥੇ ਰੱਖ ਇਹ ਭਤੀਜਾ ਮੇਰੇ ਵੀਰੋ ਲਾਲੋ ਦਾ, ਕਹਿੰਦੇ ਨੇ ਵੀ ਬਹੁਤ ਹੀ ਸੋਹਣੀ ਕਬੱਡੀ ਖੇਡਦੇ ਨੇ ਗਗਨ ਤੇ ਰਮਨ,
ਅਗਲੀ ਕਬੱਡੀ ਗੋਤ ਹੈ ਇਸ ਵੀਰ ਦਾ ਔਰ ਮੇਰੇ ਵੀਰੋ ਹਰਦਿਆਲ ਸਿੰਘ ਦਾ ਪੁੱਤਰ ਗੀਤਾ ਕਬੱਡੀ 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 ਕਰਦੇ ਹੋਏ ਆ ਅਮਰੂ ਹੈ ਮੇਰੇ ਵੀਰੋ ਦੇਖਣ ਨੂੰ ਅਸੀਂ 85 ਕਿਲੋ ਵਜ਼ਨ ਹੋਵੇਗਾ ਤੇ ਪੈਦਾ ਪੈਦਾ ਕਰਵਾਉਂਦਾ ਕਬੱਡੀ ਕੱਪਾ ਤੇ ਹੈਲੋ ਹਾਂਜੀ ਨਿਰਮਲ ਸਿੰਘ ਜੀ ਡੈਰੀ ਵਾਲਾ ਕਿਰਪਾ ਸਨਮਾਨ ਚਿੰਨ੍ਹ ਪ੍ਰਾਪਤ ਕਰੋ ਜੀ ਨਿਰਮਲ ਸਿੰਘ ਜੀ ਡੈਰੀ ਵਾਲਾ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਨਿਰਮਲ ਸਿੰਘ ਜੀ ਡੈਰੀ ਵਾਲਾ ਅਸੀਂ ਸਾਡੇ ਪੱਤਰਕਾਰ ਵੀਰ ਆਏ ਹੋਏ ਹੈ ਜਿੰਨੇ ਵੀ ਉਹਨਾਂ ਦੀ ਜਾਣਕਾਰੀ ਲਈ ਦੱਸ ਲਈਏ ਨੋਟ ਕਰ ਲੈਣ ਕਿ ਓਪਨ ਦਾ ਫਾਈਨਲ ਮੈਚ ਜੋ ਹੋਇਆ ਸੀ ਉਸ ਵਿੱਚ ਜੋਗੇ ਵਾਲਾ ਜੇਤੂ ਹੈ ਉਪ ਜੇਤੂ ਹੈ ਜੀ ਜਿਹਦੇ ਵਿੱਚ ਗਗਨ ਨੂੰ ਬੈਸਟ ਰੇਡਰ ਤੇ ਬੈਸਟ ਜਾਫੀ ਬਗੀਚਾ ਇੰਦਗੜ੍ਹ ਨੂੰ ਹੈ ਉਹਨਾਂ ਨੂੰ ਕਲਰ ਟੀਵੀਆਂ ਨਾਲ ਸਨਮਾਨਿਤ ਕਰਨਾ ਤੇ ਜੋ ਢੇਰੀ ਵਾਲਾ ਮੈਚ ਹੋਇਆ ਸੀਗਾ ਮਾਝੇ ਦਾ ਉਸ ਵਿੱਚ ਤਰਨ ਤਾਰਨ ਜੇਤੂ ਹੈ ਜੀ ਤੇ ਗੁਰਦਾਸਪੁਰ ਉਪ ਜੇਤੂ ਹੈ ਜਗਮੋਹਨ ਸਿੰਘ ਜੀ ਸਰਪੰਚ ਸਿੰਘ ਵਾਲਾ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਜਗਮੋਹਨ ਸਿੰਘ ਜੀ ਸਰਪੰਚ ਜੈ ਸਿੰਘ ਵਾਲਾ ਲਓ ਜੀ ਸਾਹਮਣੇ ਕਹਿੰਦੇ ਨੇ ਵੀ ਪਈ ਹੋਈ ਕਬੱਡੀ ਬੱਬੂ ਆਖਦੇ ਦੇ ਮੁਦਕੀ ਦੀ ਧਰਤੀ ਦਾ ਔਰ ਕਾਲਾ ਮਾਧਪੁਰੀਆ ਫੈਸਲਾ ਕਰਦਾ ਹੋਇਆ ਵੀ ਇਹ ਪੁਆਇੰਟ ਜਿਹੜਾ ਇਸ ਵਕਤ ਸੁੱਖੇ ਨਾਲ ਹੀ ਵੀਰੇ ਆਪਣਾ ਮਾਲਵਾ ਕਬੱਡੀ ਕਲੱਬ ਮੋਗੇ ਦੇ ਖਿਡਾਰੀਆਂ ਨੇ ਕਹਿੰਦੇ ਵੀ ਹੁਣ ਤੱਕ 3 ਜੱਫੇ ਲਾਤੇ ਹੈ ਇਕਬਾਲ ਸਿੰਘ ਜੀ ਮੁਸਾਫਿਰ ਡੋਲੀ ਭਾਈ ਵਾਲੇ ਉਹਨਾਂ ਵੱਲੋਂ ਹਰ ਇੱਕ ਜੱਫੇ ਤੇ 100 ਰੁਪਇਆ ਜੀ ਇਹ ਵੀ ਨੋਟ ਰੱਖਿਓ ਇਕਬਾਲ ਸਿੰਘ ਜੀ ਮੁਸਾਫਿਰ ਡੋਲੀ ਭਾਈ ਸਾਡੇ ਇਕਬਾਲ ਸਿੰਘ ਜੀ ਮੁਸਾਫਿਰ ਮਲਕੀਤ ਸਿੰਘ ਜੀ ਮੱਲੀ ਸਾਹਿਬ ਇਕਬਾਲ ਹੇਰ ਜੀ ਔਰ ਇਕਬਾਲ ਦੋ ਨੇ ਸਾਡਾ ਵੀ ਦਾਰਾ ਕਨੇਡਾ ਸਾਰੇ ਕਹਿੰਦੇ ਨੇ ਵੀ 100-100 ਦੀ ਗੱਲ ਇਹ ਕਰ ਦਿੱਤੀ ਹੈ ਮਾਣੂ ਟੀਮ ਕਬੱਡੀ ਪਾਉਂਦਾ ਹੋਇਆ ਕਹਿੰਦੇ ਸਦਾ ਰਹੇ ਜਿਹੜਾ ਹੱਸਦਾ ਹੈ ਉਹਨੂੰ ਗੁੱਸਾ ਦੀ ਦਵਾਈ ਦਾ ਜਿਹੜਾ ਇੱਕ ਪੈਗ ਨਾਲ ਹਿੱਲੇ ਉਹਨੂੰ ਦੂਜਾ ਪੈਗ ਨਹੀਂ ਉਹ ਪਾਈ ਦਾ ਦੁਨੀਆਂ ਗੱਲਾਂ ਕਰਦੀ ਅੱਜ ਵੀ ਨੀਲੇ ਫੋੜਾਂ ਦੀ ਕੱਖਾਂ ਦੀ ਖੇਡ ਕਬੱਡੀ ਸੁੱਖਿਆ ਹੋ ਗਈ ਕਰੋੜਾਂ ਦੀ ਕੱਖਾਂ ਦੀ ਖੇਡ ਕਬੱਡੀ ਹੋ ਗਈ ਕਰੋੜਾਂ ਦੀ ਮਾਣੂ ਕੇਵਲਾ ਭੀਮ ਔਰ ਦੂਜੇ ਪਾਸੇ ਗਗਨ ਗਗਨ ਤੇ ਭੀਮ ਭੀਮ ਤੇ ਗਗਨ ਤਾੜੀਆਂ ਮਾਰ ਦਿਓ ਬਾਈ ਜੀ ਹੜੀ ਬੇਬੇ ਟੁੱਕ ਮੁੰਡਾ ਵੇਖ ਲੈਣ ਦੇ ਹਾਂਜੀ ਕੀਪਾ ਡਰੋਲੀ ਕਿਰਪਾ ਕਰਕੇ ਉਹ ਵੀ ਸਾਡਾ ਵੀਰ ਸਨਮਾਨ ਚਿੰਨ੍ਹ ਪ੍ਰਾਪਤ ਕਰੇ ਅਗਲੀ ਕਬੱਡੀ ਬਾਬਾ ਜੀ ਮਾਮਾ ਜੀ ਦਾ ਲੜਕਾ ਹੈ ਕੀਪਾ ਡਰੋਲੀ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰੋ ਜੀ ਲਓ ਜੀ ਲੱਖਾਂ ਮੇਰੇ ਵੀਰੋ ਹੇਰ ਪਰਿਵਾਰ ਦਾ ਚੋਬਰ ਕਬੱਡੀ ਕਬੱਡੀ ਕਰਦਾ ਹੋਇਆ ਔਰ ਸਾਹਮਣੇ ਅਮਰੂ ਦੀ ਜਿਹੜੀ ਕੋਸ਼ਿਸ਼ ਹੈ ਉਹ ਨਾਕਾਮਯਾਬ ਰਹੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗਗਨ ਜਲਾਲ ਦੀ ਧਰਤੀ ਦਾ ਕਹਿੰਦੇ ਦਰਿਆਵਾਂ ਕੰਢੇ ਰਹਿਣ ਪਹਿਲ ਨਹੀਂ ਉਹ ਸਾਰਦੇ ਠੰਡਿਆਂ ਦਿਮਾਗਾਂ ਵਾਲੇ ਗੱਲ ਬੈਠ ਕੇ ਵਿਚਾਰਦੇ ਗੁੱਸਾ ਜਿਹਨੂੰ ਆਵੇ ਉਹ ਤਾਂ ਅਕਲਾਂ ਗਵਾਉਂਦੇ ਨੇ ਉਹ ਸੁਖਿਆ ਜਿਹਨੂੰ ਆਪਣੇ ਤੇ ਮਾਣ ਹੋਵੇ ਮੈਚ ਜਿੱਤ ਕੇ ਦਿਖਾਉਂਦੇ ਨੇ ਜਿਹਨੂੰ ਆਪਣੇ ਤੇ ਮਾਣ ਹੋਵੇ ਮੈਚ ਜਿੱਤ ਕੇ ਦਿਖਾਉਂਦੇ ਨੇ ਪੁਆਇੰਟ ਗਗਨ ਜਲਾਲ ਦਾ ਓਵਰ ਟੂ ਤਲਵਾਰ ਗਦਨ ਵਾਲਾ ਹਾਂਜੀ ਸਾਡੇ ਦੀਪ ਸਿੰਘ ਜੀ ਬਹਿਰੀਨ ਵਾਲੇ ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਕੁਲਦੀਪ ਸਿੰਘ ਜੀ ਬਹਿਰੀਨ ਹਾਂਜੀ ਸੁਖਾ ਕਰਿਆਲ ਜੀ ਲਾ ਜੀ ਸਾਹਮਣੇ ਬਗੀਚਾ ਅੱਜ ਬਹਿਜਾ ਬਹਿਜਾ ਹੋਈ ਪਈ ਹੈ ਕਹਿੰਦੇ ਭੁੱਲ ਕੇ ਵੀ ਰੱਬਾ ਕਦੇ ਐਸਾ ਦਿਨ ਆਵੇ ਨਾ ਆਕੜ ਖੋਰ ਮੂਹਰੇ ਕਦੇ ਝੁਕਣਾ ਪੈ ਜਾਵੇ ਨਾ ਰੱਬ ਗੁਣ ਸਾਨੂੰ ਦਿੱਤਾ ਕਿਹੜਾ ਮਾਰੀਆਂ ਨੇ ਠੱਗੀਆਂ
ਉਹ ਬਗੀਚਿਆਂ ਕਾਇਰ ਕਰਦੇ ਤੇਰੇ ਪਿੱਛੇ ਸ਼ਰਤਾਂ ਨੇ ਲੱਗੀਆਂ, ਤੇਰੇ ਪਿੱਛੇ ਸ਼ਰਤਾਂ ਨੇ ਲੱਗੀਆਂ। ਸਾਡੇ ਮੁੱਖੀ ਚੇਅਰਪਰਸਨ ਬੀਬੀ ਜਸਵੀਰ ਕੌਰ ਜੀ ਲੰਡੇ, ਇਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ। ਸਾਡੇ ਬੀਬੀ ਜਸਵੀਰ ਕੌਰ ਜੀ ਲੰਡੇ ਲਾਓ ਜੀ ਸਾਹਮਣੇ, ਕਹਿੰਦੇ ਨੇ ਵੀ ਬੱਬੂ ਸਾਡਾ ਵੀਰ ਬਹੁਤ ਹੀ ਬਿਹਤਰੀਨ ਖਿਡਾਰੀ ਮੇਰੇ ਵੀਰੋ। ਸਾਧੂ ਸਿੰਘ ਜੀ ਬਰਾੜ ਸਾਹਿਬ ਇਸ ਖਿਡਾਰੀ ਦੇ ਮਾਣ ਕਰਦੇ ਨੇ, ਛੋਟੀ ਉਮਰ ਦੇ ਵਿੱਚ ਉਹਨਾਂ ਨੇ ਅੱਖ ਦੇ ਨਾਲ ਇਹ ਹੀਰਾ ਤਰਾਸ਼ਿਆ। ਸਾਹਮਣੇ ਸੋਨਾ ਮੇਰੇ ਵੀਰੋ ਕਬੱਡੀ ਪਾਉਂਦਾ ਹੋਇਆ ਬਹੁਤ ਹੀ ਵਧੀਆ ਖਿਡਾਰੀ, ਇੱਧਰ ਸੋਨੇ ਨਾਲ ਸੋਨੀ ਵਕੀਲਾਂ ਵਾਲੀ ਹੈ, ਪਰ ਪੁਆਇੰਟ ਰੇਡਰ ਦਾ ਜਿੰਨੀ ਨਿਭਗੀ ਨਿਭਾਲੀ ਚਲੋ ਚੰਗੀ ਗੱਲ ਹੋਈ, ਮੰਗਦੇ ਆ ਮਾਫੀ ਗਲਤੀ ਸਾਡੇ ਕੋਲੋਂ ਹੋਈ, ਕੀਤੀ ਉਹਨਾਂ ਨੇ ਗਦਾਰੀ ਦਾ ਗਰੂਰ ਏ ਉਹ ਅਸੀਂ ਦਿਲ ਚ ਵਸਾਇਆ, ਸ਼ਰਮਾ ਜੀ ਸਾਡਾ ਇਹੀ ਤਾਂ ਕਸੂਰ ਏ। ਹੈਲੋ, ਥੋੜੇ ਹੀ ਸਮੇਂ ਦਰਮਿਆਨ ਸਾਡੇ ਦਰਮਿਆਨ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਉਹ ਵੀ ਤਕਰੀਬਨ ਅੱਧੇ ਇੱਕ ਘੰਟੇ ਤੱਕ ਸਾਡੇ ਦਰਮਿਆਨ ਪਹੁੰਚਣ ਵਾਲੇ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ। ਬਾਕੀ ਦੀ ਜੋ ਸਾਰੀ ਟੀਮ ਸਾਡੇ ਦਰਮਿਆਨ ਪੁੱਜ ਚੁੱਕੀ ਹੈ, ਸੁਖਬੀਰ ਸਿੰਘ ਜੀ ਬਾਦਲ ਡਿਪਟੀ ਸੀਐਮ ਪੰਜਾਬ, ਉਹ ਥੋੜੇ ਸਮੇਂ ਦਰਮਿਆਨ ਸਾਡੇ ਤੱਕ ਪਹੁੰਚਣ ਵਾਲੇ ਤਕਰੀਬਨ ਅੱਧੇ ਇੱਕ ਘੰਟੇ ਤੱਕ। ਹਾਂਜੀ, ਇੱਧਰਲੇ ਬੰਨੇ ਚੱਲਦਾ ਹੋਇਆ ਮੁਕਾਬਲਾ ਦੋਨੋਂ ਹੀ ਟੀਮਾਂ ਦਾ, ਮੋਨਾ ਇਸ ਸਮੇਂ ਕਬੱਡੀ ਪਾ ਰਿਹਾ ਹੈ ਔਰ ਦੇਖਦੇ ਵੀ ਪੁਆਇੰਟ ਧਾਵੀ ਦੇ ਹਿੱਸੇ। ਹੈਲੋ, ਅਮਰਜੀਤ ਸਿੰਘ ਜੀ ਮਾਣੂ ਕੇ ਚੇਅਰਮੈਨ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ, ਅਸੀਂ ਬਾਬਾ ਜੀ ਵੱਲੋਂ ਜੀ ਆਏ ਆਖਦੇ ਔਰ ਨਾਲ ਹੀ ਧੰਨਵਾਦ ਕਰਦੇ ਹਾਂ ਅਮਰਜੀਤ ਸਿੰਘ ਜੀ। ਮਾਣੂ ਕੇ ਚੇਅਰਮੈਨ ਸਾਹਿਬ ਲਓ ਗਗਨ, ਸਾਹਮਣੇ ਕਹਿੰਦੇ ਨੇ ਵੀ ਗਗਨ ਨੇ ਕਬੱਡੀ ਪਾ ਦਿੱਤੀ ਹੈ, ਜਿੱਥੇ ਬਲਰਾਜ ਸਿੰਗਲਾ ਜੀ ਅਜੀਤ ਦੇ ਪ੍ਰੈਸ ਰਿਪੋਰਟਰ ਪਹੁੰਚੇ ਨੇ ਉੱਥੇ ਨਾਲ ਹੀ ਨਾਲ ਮੇਰੇ ਵੀਰੋ ਰਮਣੇ ਨੇ ਇੱਧਰ ਜੱਫਾ ਲਾ ਦਿੱਤਾ ਤੇ ਗਗਨਾ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਗਗਨ ਜਲਾਲ ਦਾ, ਡਾਕਟਰ ਸੰਦੀਪ ਸ਼ਰਮਾ ਦੀ ਦੈਨਿਕ ਭਾਸਕਰ ਤੋਂ ਪਹੁੰਚੇ ਨੇ, ਗੁਰਚਰਨ ਸਿੰਘ ਜੀ ਸੰਘਾ ਸਾਹਿਬ ਪੰਜਾਬੀ ਜਾਗਰਣ ਤੋਂ ਪਹੁੰਚੇ ਨੇ, ਰਾਕੇਸ਼ ਗੁਪਤਾ ਜੀ ਜੱਗ ਬਾਣੀ ਵਾਲੇ ਨਾਲ, ਸੰਦੀਪ ਬਾਗੇ ਵਾਲੀ ਆ ਸਾਡੇ ਸਪੋਕਸਮੈਨ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਪ੍ਰਮੋਟਰਾਂ ਦੇ ਪੱਤਰਕਾਰਾਂ ਦੇ ਜੋ ਸਾਡੇ ਦਰਮਿਆਨ ਅੱਜ ਪਹੁੰਚੇ ਨੇ। ਜੀ ਆਇਆਂ ਨੂੰ ਵੈਲਕਮ ਸਲਾਮੇ ਮੁਹੱਬਤ, ਸਮੁੱਚੀ ਟੀਮ ਨੂੰ ਵੈਲਕਮ ਆਖਦੇ ਆ ਮਹਾਂਪੁਰਸ਼ਾਂ ਵੱਲੋਂ। ਚੱਲ ਵੀ ਮਿੱਤਰਾ, ਜੋ ਫੈਸਲਾ ਸਾਡੇ ਰੈਫਰੀ ਸਾਹਿਬ ਨੇ ਕਰਨਾ ਹੈ ਉਹ ਠੀਕ ਕਰਨਾ ਹੈ, ਗੁੱਡ ਜੱਜਮੈਂਟ, ਔਰ ਕੁਝ ਤਕਨੀਕੀਆਂ ਕਰਕੇ ਥੋੜੀ ਬਹੁਤੀ ਮਜਬੂਰੀ ਹੋ ਜਾਂਦੀ ਹੈ, ਸੋ ਬੇਨਤੀ ਹੈ ਕਦੇ ਵੀ ਤੁਸੀਂ ਇਸ ਗੱਲ ਦਾ ਰੌਲਾ ਨਾ ਸਮਝਿਆ ਕਰੋ ਵੀ ਕੋਈ ਰੈਫਰੀ ਕਿਸੇ ਦੇ ਨਾਲ ਪੱਖਪਾਤ ਕਰਦਾ ਹੈ। ਪਾਸੇ ਵਾਲੇ ਵੀਰਾਂ ਨੂੰ ਬੇਨਤੀ ਹੈ ਬਾਈ ਜੀ ਵਿੱਚ ਨਾ ਬੋਲੋ, ਸੋ ਬੇਨਤੀ ਹੈ ਮਹਾਂਪੁਰਸ਼ਾਂ ਵੱਲੋਂ ਪਾਸੇ ਵਾਲਾ ਕੋਈ ਵੀ ਵਿੱਚ ਨਾ ਬੋਲੇ ਬਾਈ ਜੀ। ਨਾਲ ਹੀ ਜੀ ਸਾਡੇ ਗਲੋਬਲ ਸਿਕਿਉਰਿਟੀ ਵਾਲੇ ਬਲਦੇਵ ਸਿੰਘ ਜੀ ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣ। ਨਾਲ ਹੀ ਅਸੀਂ ਧੰਨਵਾਦ ਕਰਦੇ ਜੀ ਬਲਰਾਜ ਸਿੰਗਲਾ ਜੀ, ਨਾਲ ਹੀ ਡਾਕਟਰ ਸੰਦੀਪ ਸ਼ਰਮਾ ਜੀ, ਹੋਰ ਵੀ ਜਿੰਨੇ ਵੀ ਸੱਜਣ ਮੀਡੀਆ ਵਿੱਚੋਂ ਪੁੱਜੇ, ਨਾਲ ਹੀ ਰਣਜੀਤ ਸਟੂਡੀਓ। ਬਹੁਤ ਹੀ ਵਧੀਆ ਮੁਕਾਬਲੇ ਜਿਹੜੇ ਚੱਲ ਰਹੇ ਨੇ ਇਹ ਆਪਣੇ ਰਣਜੀਤ ਸਿੰਘ ਜੀ ਲੰਗਿਆਣਾ ਫਾਰਮ ਵਾਲੇ, ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ। ਤਰਲੋਕ ਸਿੰਘ ਜੀ ਸਿੰਘਾ ਵਾਲਾ
ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਤਰਲੋਕ ਸਿੰਘ ਜੀ ਸਿੰਘਾਂ ਵਾਲਾ ਨਛੱਤਰ ਸਿੰਘ ਜੀ ਚੇਅਰਮੈਨ ਸਾਹਿਬ ਸਿੰਘਾਂ ਵਾਲਾ ਜੇਕਰ ਉਹਨਾਂ ਦੇ ਪਰਿਵਾਰ ਸੱਜਣ ਜਾਂ ਉਹ ਆਪ ਪੁੱਜੇ ਹੋਣ ਤਾਂ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਨਛੱਤਰ ਸਿੰਘ ਜੀ ਚੇਅਰਮੈਨ ਸਿੰਘਾਂ ਵਾਲਾ ਆਓ ਜੀ। ਸਾਡੇ ਬਲਦੇਵ ਸਿੰਘ ਜੀ ਗਲੋਬਲ ਸਿਕਿਉਰਿਟੀ ਇੰਚਾਰਜ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਨਾਲ ਹੀ ਰਣਜੀਤ ਸਿੰਘ ਜੀ ਲੰਗੇਆਣਾ ਬਾਈ ਜੀ ਮੈਚ ਚਾਲੂ ਕੀਤਾ ਜਾਵੇ, ਹਨੇਰਾ ਹੋ ਜਾਣਾ, ਬਾਅਦ ਦੇ ਵਿੱਚ ਕੁਝ ਪਤਾ ਨਹੀਂ ਲੱਗਣਾ, ਸੋ ਬੇਨਤੀ ਨੂੰ ਪ੍ਰਵਾਨ ਕਰੋ। ਹਨੇਰਾ ਹੋ ਜਾਣਾ, ਬਾਅਦ ਦੇ ਵਿੱਚ ਪਤਾ ਨਹੀਂ ਲੱਗਣਾ, ਮੈਚ ਜਿਹੜਾ ਚਾਲੂ ਕੀਤਾ ਜਾਵੇ। ਦਰਸ਼ਕਾਂ ਨੂੰ ਦੱਸਦੇ ਆ ਵੀ ਬਾਘੇ ਪੁਰਾਣੇ ਦੀ ਧਰਤੀ ਤੇ 21-22 ਨੂੰ ਕਬੱਡੀ ਮਹਾਕੁੰਭ ਸਾਰਿਆਂ ਨੇ ਪਹੁੰਚਣਾ ਹੈ। 16 ਤਰੀਕ ਨੂੰ ਜਨੇਰ ਦੀ ਧਰਤੀ ਹੈ, 17 ਤਰੀਕ ਨੂੰ ਸਿੰਘਪੁਰਾ ਮੋਨਣ ਦੀ ਧਰਤੀ ਤੇ ਮੈਚ ਨੇ, 24 ਤਰੀਕ ਨੂੰ ਧਰਮਕੋਟ। ਹਾਂਜੀ ਬਹੁਤ ਵਧੀਆ, ਉੱਥੇ ਕਬੱਡੀ ਦੇ ਮੈਚ ਚੱਲ ਰਹੇ ਆ। ਜਿਹੜੇ ਪਹਿਲਾਂ ਇਹ ਗੱਲ ਕੀਤੀ ਸੀ ਕਿ ਮੱਖਣ ਬਰਾੜ ਦੇ ਸ਼ੇਅਰਾਂ ਦੇ ਸ਼ੇਅਰ 101 ਸ਼ੇਅਰ ਹੈ, 2-4 ਕਿਤਾਬਾਂ ਰਹਿ ਗਈਆਂ, ਜੇ ਕਿਸੇ ਵੀਰ ਨੂੰ ਜ਼ਰੂਰਤ ਹੈ ਉਹ ਖਰੀਦ ਸਕਦਾ। ਤੇ ਉੱਧਰ ਕਬੱਡੀ ਦਾ ਮੈਚ ਸ਼ੁਰੂ ਹੋ ਗਿਆ ਬਾਈ ਜੀ, ਬਾਕੀ ਸੱਜਣ ਬਾਹਰ ਚਲੇ ਜਾਣ ਜਿਹੜੇ ਬਗੈਰ ਕੰਮ ਤੋਂ ਨੇ, ਹੱਥ ਬੰਨ ਕੇ ਬੇਨਤੀ ਹੈ, ਕਿਉਂਕਿ ਫੈਸਲਾ ਪ੍ਰਬੰਧਕ ਸਾਰੇ ਜਾਣਦੇ ਹੋ। ਬਾਕੀ ਵੀਰ ਬਾਹਰ ਚਲੇ ਜਾਣਾ ਬਾਈ ਜੀ, ਇਹਨਾਂ ਦੀ ਕੋਈ ਡਿਊਟੀ ਨਹੀਂ, ਭਰਾ ਬਣ ਕੇ ਬੇਨਤੀ ਹੈ ਹੱਥ ਜੋੜ ਕੇ। ਬਾਈ ਜੀ ਬੇਨਤੀ ਹੈ, ਕਿਰਪਾ ਕਰਕੇ ਸਾਰੀ ਪ੍ਰਬੰਧਕ ਕਮੇਟੀ ਬਾਹਰ ਚਲੀ ਜਾਵੋ, ਬੇਨਤੀ ਹੈ ਜੀ। ਹੈਲੋ, ਬੇਨਤੀ ਹੈ। ਹਾਂਜੀ ਮਹਾਂਪੁਰਸ਼ਾਂ ਵੱਲੋਂ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਫੈਸਲਾ ਕਰਕੇ ਬਾਕੀ ਸੇਵਾਦਾਰ ਬਾਹਰ ਆ ਜਾਣ, ਮੈਚ ਚਾਲੂ ਕਰਵਾਇਆ ਜਾਵੇ। ਸੂਬੇਦਾਰ ਗੁਰਮੀਤ ਸਿੰਘ ਜੀ ਚੰਦਪੁਰਾਣਾ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਜੀ। ਸੂਬੇਦਾਰ ਗੁਰਮੀਤ ਸਿੰਘ ਜੀ ਚੰਦਪੁਰਾਣਾ, ਨਾਲ ਹੀ ਮੈਂ ਸਿੰਘ ਜੀ ਪਟਵਾਰੀ ਚੰਦਪੁਰਾਣਾ, ਨਾਲ ਹੀ ਮੈਂ ਧੰਨਵਾਦ ਕਰਦਾ, ਵਧਾਈ ਦਿੰਦਾ ਕੁਲਵੰਤ ਜੋਗੇ ਵਾਲੀ ਨੂੰ, ਉਹਦੀ ਟੀਮ ਨੂੰ ਜਿਹਨੇ ਪਹਿਲਾ ਨੰਬਰ ਲਾਇਆ ਹੈ, ਔਰ ਦੂਜੀ ਵਧਾਈ ਦਿੰਦਾ ਲੋਹਾਮਾ ਵਾਲੇ ਕਰਮੇ ਨੂੰ ਜੋ ਮਹਾਂਪੁਰਸ਼ਾਂ ਦੇ ਪਹਿਲੇ ਫੋਨ ਤੇ ਇਹ ਦੋਨੇ ਟੀਮਾਂ ਆਈਆਂ। ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਟੀਮਾਂ ਜਿਹੜੀਆਂ ਹੋਰ ਵੀ ਇੱਥੇ ਪਹੁੰਚੀਆਂ ਨੇ। ਸੋ ਅੱਜ ਦੇ ਬੈਸਟ ਟੀਮਾਂ ਦੇ ਵਿੱਚੋਂ ਓਪਨ ਦੇ ਮੈਚਾਂ ਚ ਜੋਗੇ ਵਾਲੀ ਆ, ਕੁਲਵੰਤ ਵਧਾਈ ਦਾ ਪਾਤਰ ਹੈ, ਤੇ ਕਰਮਾ ਲੋਹਾਮਾ ਵਾਲਾ ਸਾਡਾ ਵੀਰ ਪੱਪੂ ਜੋਗੇ ਵਾਲੇ ਆ, ਬਹੁਤ ਵਧੀਆ ਖੇਡ ਹੈ, ਦੁਬਈ ਦੇ ਵਿੱਚ ਉੱਗਾ ਬਿਜ਼ਨਸਮੈਨ ਦੇ ਫਾਦਰ ਸਾਹਿਬ, ਪਰ ਸੱਟ ਲੱਗਣ ਕਾਰਨ ਅੱਜ ਨਹੀਂ ਖੇਡਿਆ। ਹੈਲੋ, ਅਸੀਂ ਬੇਨਤੀ ਕਰਦੇ ਹਾਂ ਮਹਾਂਪੁਰਸ਼ਾਂ ਵੱਲੋਂ, ਹੈਲੋ ਫੇਜ ਵੱਲੋਂ, ਕਿ ਬਾਕੀ ਦੇ ਸਾਰੇ ਸੇਵਾਦਾਰ ਸਮੂਹ ਮੈਂਬਰ ਬਾਹਰ ਆ ਜਾਣ। ਸਾਡੇ ਕੋਚ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਸ ਵਿੱਚ ਕਿਉਂ ਝਗੜੀ ਜਾਂਦੇ ਹੋ। ਡਾਕਟਰ ਬਲਦੇਵ ਸਿੰਘ ਜੀ, ਸਾਡੇ ਸਨੀ ਸੇਖੋ ਜੀ ਜਿਨ੍ਹਾਂ ਨੇ ਕਬੱਡੀ ਅਕੈਡਮੀਆਂ ਦੇ ਬੈਸਟ ਲੀਡਰ ਔਰ ਜਾਫੀਆਂ ਦੇ ਲਈ 11,000 ਰੁਪਏ ਦੇਣੇ ਹੈ, ਹੁਣ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ। ਸਨੀ ਸੇਖੋ ਜੀ ਮੋਗੇ ਵਾਲੇ ਹਾਂਗਕਾਂਗ ਦੇ ਵਧੀਆ ਬਿਜ਼ਨਸਮੈਨ ਨੇ, ਇਸ ਸਮੇਂ ਸਾਡੇ ਬਾਬਾ ਜੀ ਸੰਤ ਬਾਬਾ ਗੁਰਦੀਪ ਸਿੰਘ ਜੀ ਇਹਨਾਂ ਨੂੰ ਸਨਮਾਨ ਚਿੰਨ ਦੇਣਗੇ। ਸਨੀ ਸੇਖੋ ਜੀ ਹੈਲੋ, ਪਹਿਲਾਂ ਸਨੀ ਸੇਖੋ ਜੀ
ਸਾਡੇ ਬੈਸਟ ਰੇਡਰ ਤੇ ਬੈਸਟ ਜਾਫੀ ਜਿਹੜੇ ਅਕੈਡਮੀਆਂ ਦੇ ਉਹਨਾਂ ਦੇ ਲਈ 11,000 ਰੁਪਇਆ ਸਾਡੇ ਇਹਨਾਂ ਵੀਰਾਂ ਵੱਲੋਂ ਹੈ। ਸਨੀ ਸੇਖੋ ਜੀ ਹਾਂਗਕਾਂਗ, ਹੈਲੋ, ਔਰ ਨਾਲ ਹੀ ਇਸ ਤੋਂ ਬਾਅਦ ਜੀ ਸਾਡੇ ਮੇਜਰ ਸਿੰਘ ਜੀ ਸਰਪੰਚ ਗਿੱਲਾਂ ਵਾਲੇ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਜੀ। ਨਾਲ ਹੀ ਮੱਖਣ ਬਰਾੜ ਜੀ ਮੱਲ ਕੇ, ਮੱਖਣ ਬਰਾੜ ਜੀ ਮੱਲ ਕੇ ਇਹ ਵੀ ਆਉਣ ਜੀ। ਲਓ ਜੀ ਮੈਚ ਜਿਹੜਾ ਚਾਲੂ ਹੋਣ ਜਾ ਰਿਹਾ ਹੈ, ਸੋ ਦਰਸ਼ਕ ਵੀਰ ਬੜੇ ਉਤਾਵਲੇ ਨੇ ਮੈਚ ਦੇਖਣ ਦੇ ਲਈ, ਸੋ ਮੈਂ ਬੇਨਤੀ ਕਰਦਾ ਸਾਡੇ ਇਹ ਕੋਚ ਸਾਹਿਬਾਨਾਂ ਨੂੰ ਕਿਰਪਾ ਕਰਕੇ ਸਾਈਡ ਤੇ ਹੋ ਜਾਣ ਤਾਂ ਕਿ ਮੈਚ ਜਿਹੜੇ ਸਟਾਰਟ ਹੋ ਸਕਣ। ਲਓ ਜੀ ਪਹਿਲਾ ਰੇਡ ਹੈ ਜਿਹੜੀ, ਦੱਸੋ ਵੀ ਇਸ ਵਕਤ ਦੱਸ ਦੇਵਾਂ ਵੀ ਇਹ ਜਿਹੜਾ ਮੈਚ ਦੇਖਣ ਯੋਗ ਹੈ। ਹੈਲੋ, ਲਓ ਜੀ ਮੇਰੀ ਪੀੜ੍ਹੀ ਦੀ ਤਰਫੋਂ ਵੀ ਬੱਬੂ ਮੁਦਕੀ ਦੀ ਧਰਤੀ ਦਾ ਇਸ ਵਕਤ ਕਬੱਡੀ ਪੈਦਾ ਹੋਇਆ। ਨਾਲ ਹੀ ਜੀ ਆਪਣਾ ਦਰਸ਼ਨ ਸਿੰਘ ਜੀ ਡਰੋਲੀ ਭਾਈ, ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਜੀ। ਦਰਸ਼ਨ ਸਿੰਘ ਜੀ ਡਰੋਲੀ ਭਾਈ ਸਾਡੇ ਗੁਰਦੁਆਰਾ ਸਾਹਿਬ ਦੇ ਪਰਮ ਸੇਵਕ ਨੇ ਔਰ ਗੂੜੀਆਂ ਰਿਸ਼ਤੇਦਾਰੀਆਂ ਹੈ। ਨਾਲ ਹੀ ਰਣਧੀਰ ਸਿੰਘ ਜੀ ਬਾਜੜਾ, ਰਣਧੀਰ ਸਿੰਘ ਜੀ ਬਾਜੜਾ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ ਰਣਧੀਰ ਸਿੰਘ ਜੀ ਬਾਜੜਾ। ਔਰ ਇੱਧਰ ਹਾਂਜੀ ਸੁਖਾ ਗੜਿਆਲ ਜੀ, ਲਓ ਜੀ ਸਾਹਮਣੇ ਕਹਿੰਦੇ ਨੇ ਵੀ ਪਈ ਹੋਈ ਰੇਡ, ਲੱਗਿਆ ਹੋਇਆ ਜੱਫਾ ਇੱਕੋ 13 ਲੱਖ ਵਰਗਾ, ਬਾਕੀ ਬੋੜ ਕੇ ਜੇਬ ਵਿੱਚ ਪਾ ਲੈ। ਲਾਇ ਵੀ ਸੋਨਿਆ ਬਾਜਾ ਬਾਜਾ ਹੋ ਗਈ ਹੈ, ਤਾੜੀਆਂ ਮਾਰ ਦਿਓ ਜ਼ੋਰ ਦੇ ਨਾਲ। ਇਹ ਅੰਕ ਮੇਰੇ ਵੀਰਿਓ ਸਾਡੇ ਮਾਣਯੋਗ ਇਸ ਟੀਮ ਦੇ ਹਿੱਸੇ ਦੇ ਵਿੱਚ, ਪੱਤੋ ਹੀਰਾ ਸਿੰਘ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਪਾਫਰ ਕਬੱਡੀ ਸਾਹਮਣੇ ਨਿੰਦਰ ਕਬੱਡੀ ਪਾਉਂਦਾ ਹੋਇਆ, ਇੱਕ ਪਾਸੇ ਕੋਚ ਖੜਾ ਕਾਕਾ ਫਤਿਹਗੜ੍ਹੀ ਹੈ ਅਮਰਜੀਤ ਸਿੰਘ ਜੀ ਸਿੰਘਾਂ ਵਾਲਾ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ ਅਮਰਜੀਤ ਸਿੰਘ ਜੀ ਸਿੰਘਾਂ ਵਾਲਾ। ਔਰ ਦੂਜੇ ਪਾਸੇ ਸਾਧੂ ਸਿੰਘ ਜੀ ਬਰਾੜ ਸਾਹਿਬ ਖੜੇ ਨੇ, ਜਿਨ੍ਹਾਂ ਨੇ ਅਨੇਕਾਂ ਹੀ ਖਿਡਾਰੀ ਪੈਦਾ ਕੀਤੇ ਨੇ। ਲਓ ਜੀ ਨਿੰਦਰ, ਨਿੰਦਰ ਤੇ ਅਮਨ ਦੋਨੇ ਮੇਰੇ ਵੀਰੋ ਮੇਣੋ ਮੇਣੀ ਹੁੰਦੇ ਨੇ, ਖੁੱਚਾ ਭਰ ਲਈਆਂ ਨੇ ਔਰ ਜੱਫਾ ਲੱਗ ਚੁੱਕਾ। ਪਿਤਾ ਪਰ ਪੂਤ ਨਸਲ ਪਰ ਘੋੜਾ, ਬਾਬਾ ਨਹੀਂ ਤਾਂ ਥੋੜਾ ਥੋੜਾ, ਲਾਲੇ ਦੇ ਪੁੱਤਰ ਨੇ ਜੱਫਾ ਲਾ ਦਿੱਤਾ। ਹਰਦਿਆਲ ਸਿੰਘ ਜੀ ਚੰਦ ਪੁਰਾਣਾ ਸੁਸਾਇਟੀ ਵਾਲੇ, ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ ਹਰਦਿਆਲ ਸਿੰਘ ਜੀ ਚੰਦ ਪੁਰਾਣਾ ਸੁਸਾਇਟੀ ਵਾਲੇ। ਲਾ ਜੀ ਸਾਹਮਣੇ ਸੋਨੇ ਨੇ ਕਬੱਡੀ ਪਾ ਦਿੱਤੀ ਹੈ ਅਕਬਾਲ ਸਿੰਘ ਜੀ ਪੱਪੂ ਅਮਰੀਕਾ ਵਾਲੇ ਚੰਦ ਪੁਰਾਣਾ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ ਇਕਬਾਲ ਸਿੰਘ ਜੀ ਪੱਪੂ USA ਚੰਦ ਪੁਰਾਣਾ। ਹਾਂਜੀ ਸੁਖਾ ਜੀ, ਬਾਬਾ ਜੀ ਮੈਚ ਦੇਖਣ ਵਾਲੇ ਆ, ਜੇ ਬਿੰਦੋ ਠਹਿਰ ਕੇ ਆਪਾਂ ਮਾਨ ਸਨਮਾਨ ਕਰ ਲਈਏ ਜੀ। ਬਹੁਤ ਸੋਹਣਾ ਮੈਚ, ਫਾਈਨਲ ਮੈਚ ਹੈ ਜੀ। ਲਓ ਜੀ ਇਸ ਵਕਤ ਜੱਫਾ ਲਾ ਦਿੱਤਾ, ਸੋਨੇ ਦੀ ਪਈ ਹੋਈ ਕਬੱਡੀ, ਇਹ ਮੇਰੇ ਅੱਖਾਂ ਦੇ ਫੈਸਲੇ ਹੋ ਰਹੇ ਨੇ। ਔਰ ਇਹ ਜੱਫਾ ਸਾਡੇ ਵੀਰ ਬਗੀਚੇ ਇੰਦਗੜੀਏ ਨੇ ਲਾਇਆ, ਜਿਹੜਾ ਬੈਸਟ ਜਾਫੀ ਮੇਰੇ ਵੀਰੋ ਪਿੰਡ ਵਾਰ ਮੈਚਾਂ ਦੇ ਵਿੱਚੋਂ ਆਇਆ, ਗਗਨ ਜਲਾਲ ਦੀ ਧਰਤੀ ਦਾ। ਕੌਡੀ ਕੌਡੀ ਕਰਦਾ ਮੈਂ ਕੌਡੀ ਜੋਗਾ ਰਹਿ ਗਿਆ, ਜਾਣ ਜਾਣ ਕਹਿੰਦਾ ਸੀ ਤੇ ਜਾਨ ਕੱਢ ਲੈ ਗਿਆ, ਪਤਾ ਵੀ ਨਾ ਲੱਗਾ ਕਦੋਂ ਦਿਲ ਦੋ ਹੋ ਗਏ, ਅਸੀਂ ਉਹਨਾਂ ਜੋਗੇ ਉਹ ਕੌਡੀ ਜੋਗੇ ਹੋ ਗਏ, ਅਸੀਂ ਉਹਨਾਂ ਜੋਗੇ ਉਹ ਕੌਡੀ ਜੋਗੇ ਹੋ ਗਏ। ਪੁਆਇੰਟ ਜਿਹੜਾ ਗਗਨ ਦਾ, ਅਗਲੀ ਕਬੱਡੀ ਮੋਨਾ, ਵੇਖਦੇ ਵੀ ਮੋਨਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਉਧਰਲੇ ਬੰਨੇ 4 ਜਾਫੀ ਹੈ,
ਦੇਖਦੇ ਵੀ ਇਧਰਲੇ ਬੰਨੇ ਸਾਹਮਣੇ ਨੌਜਵਾਨ ਵਕੀਲਾਂ ਵਾਲੀਆ ਲਓ ਸੋਨੀ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਜੱਫਾ ਲਾ ਰਿਹਾ ਹੈ। ਲਓ ਮੋਢੇ ਦੀ ਕਬੱਡੀ ਹੈ ਔਰ ਅੰਕ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਅਗਲੀ ਕਬੱਡੀ ਕਹਿੰਦੇ ਵੀ ਜ਼ਿਲ੍ਹੇ ਫਿਰੋਜ਼ਪੁਰ ਦਾ ਇਤਿਹਾਸਕ ਪਿੰਡ ਹੈ ਦੇਖਦੇ ਵੀ ਬੱਬੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ। ਕਹਿੰਦੇ ਆਹ ਗੱਭਰੂ ਨੌਜਵਾਨ ਜਲੰਧਰ ਸਿੰਘ ਜੀ ਸਿੱਧੂ ਹੋਣਾ ਦੀ ਟੀਮ ਦੇ ਲਈ ਬਾਬਾ ਫਰੀਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਲਈ ਖੇਡੇ ਅਲਬਾਟਾ ਦੇ ਪੀ ਐਸ ਸੀ ਕਬੱਡੀ ਫੈਡਰੇਸ਼ਨ ਦੇ ਅੰਡਰ ਔਰ ਯੂਰਪ ਦੇ ਖੇਡ ਮੈਦਾਨਾਂ ਵਿੱਚ ਵੀ ਤਕੜਾ ਖੇਡਿਆ। ਲਓ ਬੱਬੂ ਮੁਤਗੀ ਵਾਲਾ ਅਗਲੀ ਕਬੱਡੀ ਲੱਖੇ ਦੀ ਔਰ ਮਾਈਕ ਦੇ ਉੱਪਰ ਸੁੱਖਾ ਕੜਿਆਲ ਜੀ ਲਓ ਜੀ ਲੱਖਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ। ਗੁੰਦਮਾ ਜਿਹਾ ਸਰੀਰ ਹੈ ਅਰ ਸਿੱਧੇ ਦੇ ਸੁਭਾਅ ਦਾ ਪੇਂਡੂ ਜੱਟ ਕਬੱਡੀ ਕਬੱਡੀ ਕਰਦਾ ਹੋਇਆ ਲੱਖਾ ਮੇਰੇ ਵੀਰੋ ਹੇਰ ਪਰਿਵਾਰ ਦਾ ਔਰ ਦੂਜੇ ਪਾਸੇ ਕਹਿੰਦੇ ਨੇ ਵੀ ਜੱਫਿਆਂ ਦੀ ਗੱਲ ਹੋ ਚੁੱਕੀ ਹੈ। ਕੋਸ਼ਿਸ਼ ਕੀਤੀ ਲੱਖ ਵਾਰ ਪਰ ਪੁਆਇੰਟ ਜਿਹੜਾ ਲੱਖੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਗਗਨ ਕਬੱਡੀ ਪਾਉਂਦਾ ਹੋਇਆ ਨੂੰ ਤੂਫਾਨਾਂ 'ਚ ਕਿਨਾਰੇ ਮਿਲ ਜਾਂਦੇ ਨੇ ਡੁੱਬਦਿਆਂ ਨੂੰ ਜੱਗ ਤੇ ਸਹਾਰੇ ਮਿਲ ਜਾਂਦੇ ਨੇ। ਸਭ ਤੋਂ ਪਿਆਰੀ ਹੈ ਜੱਗ ਉੱਤੇ ਜ਼ਿੰਦਗੀ ਪਰ ਕੁਝ ਲੋਕ ਜਾਨ ਤੋਂ ਪਿਆਰੇ ਮਿਲ ਜਾਂਦੇ ਨੇ। ਪੁਆਇੰਟ ਗਗਨ ਦਾ ਅਗਲੀ ਕਬੱਡੀ ਪਾਉਣ ਦੇ ਲਈ ਬਾਈ ਜੀ ਆ ਜਾਓ ਮਾਲਵਾ ਕਬੱਡੀ ਕਲੱਬ ਵਾਲੇ ਚੱਲ ਵੀ ਦਿਲਬਾਗ ਸਿੰਘ ਅਗਲੀ ਕਬੱਡੀ ਸੋਨਾ ਸਾਡਾ ਵੀਰ ਪਾਉਣ ਦੇ ਲਈ ਜਾਂਦਾ ਹੋਇਆ ਇਧਰਲੇ ਬੰਨੇ ਵੇਖਦੇ ਵੀ ਪਾਕੇ ਵਾਲਾ ਸੋਢੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਲਓ ਚਾਰ ਜਾਫੀ ਹੈ ਇੱਕ ਨਹੀਂ ਤੇ ਦੇਖਦੇ ਵੀ ਮਚਾਕੀ ਵਾਲਾ ਬੱਬੂ ਹੈ ਨਾਲ ਸੋਨੀ ਵਕੀਲਾਂ ਵਾਲੇ ਦਾ ਔਰ ਬਾਬਾ ਸ਼ੂਸ਼ਕ ਦਾ ਹੈ। ਲਓ ਇਸ ਸਮੇਂ ਮਚਾਕੀ ਵਾਲੇ ਨਾਲ ਹੋਇਆ ਮੁਕਾਬਲਾ ਤੇ ਪੁਆਇੰਟ ਜਿਹੜਾ ਨੌਜਵਾਨ ਸੋਨੀ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਸ ਦੇ ਵਿੱਚ ਹੀ ਵਸਦੀ ਲੋਕੋ ਜਾਣ ਪੰਜਾਬੀਆਂ ਦੀ ਵਿੱਚ ਮੈਦਾਨੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਲੋ ਮੁਦਗੀ ਵਾਲਾ ਬੱਬੂ ਹੈ ਪਰ ਇਸ ਸਮੇਂ ਫੈਸਲਾ ਜਿਹੜਾ ਹੈ ਵੀ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਲੋ ਅਗਲੀ ਕਬੱਡੀ ਫਿਰ ਇਸ ਸਮੇਂ ਮੋਨਾ ਖੇਡ ਮੈਦਾਨ ਦੇ ਅੰਦਰ ਹੈ। ਲਓ ਜੀ ਮੋਨਾ ਪੰਡੋਰੀ ਦੀ ਧਰਤੀ ਦਾ ਬਹੁਤ ਹੀ ਬਿਹਤਰੀਨ ਖਿਡਾਰੀ ਹੈ ਜਿੱਥੇ ਮਿੰਦੂ ਪੰਡੋਰੀ ਵਾਲਾ ਅੱਗੇ ਦੌਰ ਵਿਖਾ ਕੇ ਗਿਆ ਅੱਜ ਮੋਨਾ ਡਬਲ ਟੱਚ ਦਾ ਲਾਹਾ ਖੱਟਦਾ ਹੋਇਆ ਮਾਧਪੁਰੀਆ ਕਾਲਾ ਕਹਿੰਦਾ ਵੀ ਪੁਆਇੰਟ ਜਿਹੜਾ ਲੀਡਰ ਦਾ ਅਗਲੀ ਕਬੱਡੀ ਗਗਨ ਜਲਾਲ ਦੀ ਧਰਤੀ ਦਾ ਸਾਨੂੰ ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ ਲਾਭ ਵੀ ਬਥੇਰੇ ਅਤੇ ਹਾਨੀਆਂ ਵੀ ਬਹੁਤ ਨੇ ਇਹ ਹੋਇਆ ਕੀ ਜੇ ਸੱਜਣਾ ਨੇ ਇੱਕ ਦੁੱਖ ਦੇ ਦਿੱਤਾ ਉਹਨਾਂ ਦੀਆਂ ਸਾਡੇ ਉੱਤੇ ਮਿਹਰਬਾਨੀਆਂ ਵੀ ਬਹੁਤ ਨੇ। ਰਮਣੇ ਦੇ ਨਾਲ ਟੱਚ ਹੋਇਆ ਤਲਵੰਡੀ ਵਾਲੇ ਨਾਲ ਪੁਆਇੰਟ ਗਗਨ ਜਲਾਲ ਦਾ ਔਰ ਗਗਨੀ ਦਲਬਾਗ ਸਿੰਘ ਗਗਨੀ ਲਓ ਇਸ ਸਮੇਂ ਸਾਧੂ ਵਾਲਾ ਪਿੰਡ ਹੈ ਰਜਿੰਦਰ ਵੈਲੀ ਦਾ ਪਿੰਡ ਹੈ ਇਧਰਲੇ ਬੰਨੇ ਨੌਜਵਾਨ ਕਬੱਡੀ ਪਾ ਰਿਹਾ ਗਗਨ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ ਹੈ ਚਾਰ ਜਾਫੀਆਂ ਦੇ ਉੱਪਰ ਔਰ ਦੇਖਦੇ ਵੀ ਸਾਹਮਣੇ ਨੌਜਵਾਨ ਬਗੀਚਾ ਹੈ ਇੰਦਗੜ੍ਹ ਦੀ ਧਰਤੀ ਦਾ ਇਸ ਸਮੇਂ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਹੈ। ਲਓ ਅਗਲੀ ਕਬੱਡੀ ਇਸ ਮੈਦਾਨ ਦੇ ਅੰਦਰ ਮੁਦਗੀ ਵਾਲਾ ਬੱਬੂ ਦੇਖਦੇ ਵੀ ਇੱਕ ਮਾਂਗੇਵਾਲ ਦਾ ਪ੍ਰਸਿੱਧ ਹੈ ਜਲਾਲ ਵਾਲੇ ਨੂੰ ਦੁਨੀਆਂ ਜਾਣਦੀ ਹੈ ਪਰ ਆਹ ਦੇਖਦੇ ਵੀ ਇਸ ਸਮੇਂ ਕਬੱਡੀ ਪਾ ਰਿਹਾ ਨੌਜਵਾਨ ਦਾ ਮੁਦਗੀ ਪਿੰਡ ਹੈ ਇਸ ਸਮੇਂ ਪਾਈ ਹੋਈ ਕਬੱਡੀ ਹੈ। ਕੱਲ ਨੂੰ ਕਹਿੰਦੇ ਅਕੈਡਮੀਆਂ ਦੇ ਮੁਕਾਬਲੇ ਰੋਡਿਆਂ ਦੀ ਧਰਤੀ ਹੈ 14 ਨੂੰ ਬੁੱਗੀ ਪੂਰੇ ਮੁਕਾਬਲੇ ਹੈ 15 ਫਰੋਸ਼ਾ ਹੈ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਧਾਵੀ ਦਾ ਔਰ ਦੇਖਦੇ ਵੀ 24-25 ਤੇ 26 ਤਰੀਕ ਜੈਮਲ ਵਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਅਗਲੀ ਕਬੱਡੀ ਲਓ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਕਵੈਂਟਰੀ ਟੀਮ ਲਈ ਲੱਖਾ ਧਰਮਕੋਟ ਆਜੀ ਲੱਖੇ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਔਰ ਸਾਹਮਣੇ ਇਸ ਵਕਤ ਜੱਫਾ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ
ਦੋਨੇ ਨੇ ਨਾ ਕਾਮਯਾਬ ਹੋਇਆ ਤੇ ਪੁਆਇੰਟ ਲੱਖੇ ਦਾ। ਅਕਾਲੀ ਸਿੰਘ ਜੀ ਸਨ ਸਰਦਾਰ ਨਗਿੰਦਰ ਸਿੰਘ ਜੀ ਚਾਂਦਨਵਾ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਇਕਬਾਲ ਸਿੰਘ ਸਨ ਸਰਦਾਰ ਨਗਿੰਦਰ ਸਿੰਘ ਜੀ ਚਾਂਦਨਵਾ ਮਹਾਂਪੁਰਸ਼ਾਂ ਵੱਲੋਂ ਧੰਨਵਾਦ ਹੈ ਪਹੁੰਚੀਆਂ ਹੋਈਆਂ ਟੀਮਾਂ ਦਾ, ਪਹੁੰਚੇ ਹੋਏ ਦਰਸ਼ਕਾਂ ਦਾ ਔਰ ਟਰਾਲੀਆਂ ਵਾਲੇ ਵੀਰਾਂ ਦਾ ਤੇ ਟਰੱਕ ਯੂਨੀਅਨ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਟਰੱਕ ਲਾਏ। ਮਹਾਂਪੁਰਸ਼ਾਂ ਵੱਲੋਂ ਧੰਨਵਾਦ ਔਰ ਮਹਾਂਪੁਰਸ਼ਾਂ ਵੱਲੋਂ ਧੰਨਵਾਦ ਜਿਨ੍ਹਾਂ ਨੇ ਲੰਗਰ 'ਚ ਡਿਊਟੀ ਨਿਭਾਈ ਮੇਰੇ ਵੀਰੋ, ਤਿੰਨੇ ਦਿਨ ਦੋਨੇ ਦਿਨ ਉਹਨਾਂ ਦਾ ਵੀ ਮਹਾਂਪੁਰਸ਼ਾਂ ਵੱਲੋਂ ਧੰਨਵਾਦ ਹੈ ਔਰ ਧੰਨਵਾਦ ਹੈ ਪੰਜਾਬ ਲਾਈਵ 1.com ਵਾਲਿਆਂ ਦਾ ਜੋ ਮਹਾਂਪੁਰਸ਼ਾਂ ਦੇ ਪਿਆਰੇ ਜੇ ਸੱਦੇ ਤੇ ਪਹੁੰਚੇ ਔਰ ਇਹ ਖੇਡ ਮੇਲੇ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ। ਸਾਡਾ ਵੀਰ ਨੀਟਾ ਡਰੋਲੀ ਵਾਲਾ ਬਹੁਤ ਬਹੁਤ ਮੁਬਾਰਕਬਾਦ ਹੈ। ਲਓ ਜੀ ਮੈਚ ਜਿਹੜਾ ਫਿਰ ਸ਼ੁਰੂ ਹੋਣ ਜਾ ਰਿਹਾ। ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਪਹਿਲੀ ਕਬੱਡੀ ਪਵੇਗੀ ਗਗਨ ਜਲਾਲ ਦੀ ਧਰਤੀ ਦਾ ਮੱਥਾ ਟੇਕ ਦਿੱਤਾ। ਕਹਿੰਦੇ ਰੇਡਰ ਹੋਵੇ ਤਕੜਾ ਜਾਫੀ ਮੂਹਰੇ ਖੜਦਾ ਨੀ, ਜਾਫੀ ਹੋਵੇ ਤਕੜਾ ਰੇਡਰ ਮੂਹਰੇ ਅੜਦਾ ਨੀ। ਜੇ ਦੋਹੇ ਤਰ੍ਹਾਂ ਹੀ ਇੱਕੋ ਜਿਹੀਆਂ ਫੇਰ ਹੁੰਦੇ ਨੇ ਵਾਕੇ ਓਏ ਪਾਸੇ ਬੈਠੇ ਸਿੰਘ ਜੀ। ਕਹਿੰਦੇ ਮਿੱਤਰੋ ਹੁਣ ਪੈਣਗੇ ਪਟਾਕੇ, ਬਿੱਲੇ ਦੇ ਨਾਲ ਟੱਚ ਹੋਇਆ ਗੁਰਜੀਤ ਸਿੰਘ ਜੀ ਸਿੰਘਾਂ ਵਾਲਾ, ਗੁਰਬਿੰਦ ਸਿੰਘ ਜੀ ਸਿੰਘਾਂ ਵਾਲਾ ਕਿਰਪਾ ਕਰਕੇ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਜੀ। ਗੁਰਬਿੰਦ ਸਿੰਘ ਜੀ ਸਿੰਘਾਂ ਵਾਲਾ ਸਾਡਾ ਛਿੰਦਰ ਪਾਣੀ ਦੀ ਸੇਵਾ ਕਰਦਾ, ਉਹਨਾਂ ਦੇ ਨਾਲ ਹੀ ਸਰਦਾਰ ਬਲਦੇਵ ਜੀ ਔਰ ਨਾਲ ਹੀ ਸਾਡੇ ਗਲੋਬਲ ਸਿਕਿਉਰਿਟੀ ਵਾਲਿਆਂ ਵੱਲੋਂ ਵੱਡੇ ਮਾਣ ਬੋਲਾਂ ਤੋਂ ਖੁਸ਼ ਹੋ ਕੇ ਆਏ ਨੇ। ਲਓ ਜੀ ਸੋਨਾ, ਦੋਨੇ ਸੋਨੇ ਨੇ ਮੇਰੇ ਵੀਰੋ, ਵਾਅਦਾ ਵਾਅਦਾ ਕਰਵਾਈ ਜਾ ਰਹੇ ਨੇ। ਅਕੈਡਮੀਆਂ ਵਾਲੇ ਪਲੇਅਰ ਨੋਟ ਕਰ ਲੈਣ ਜੀ, ਬੈਸਟ ਰੇਡਰ ਤੇ ਜਾਫੀ ਦੇ ਲਈ 11,000 ਰੁਪਇਆ ਹੈ, 11,000 ਰੁਪਇਆ ਸਾਡੇ ਸਨੀ ਸੇਖੋ ਜੀ ਉਹਨਾਂ ਵੱਲੋਂ ਹੈ ਬੈਸਟ ਰੇਡਰ ਤੇ ਬੈਸਟ ਜਾਫੀਆਂ ਦੇ ਲਈ। ਲਓ ਜੀ ਸਨੀ ਸੇਖੋ ਸਾਹਿਬ ਬੈਠੇ ਨੇ ਅਵਤਾਰ ਤਾਰੀ ਦੇ ਬਿਲਕੁਲ ਨਾਲ, ਜਿਨ੍ਹਾਂ ਨੇ ਲੱਖਾਂ ਦੀ ਗੱਲ ਕੀਤੀ ਹੈ। ਅਗਲੇ ਘੜਿਆਲ ਲਈ ਜੀ, ਸੁੱਖੇ ਘੜਿਆਲ ਦੇ ਲਈ 100 ਰੁਪਏ ਦਾ ਮਾਣ ਪਿਆਰ ਭੇਜਦੇ ਹੈ ਭਿੰਦਰ ਘੋਲੀਆ ਜੀ। ਬਹੁਤ ਬਹੁਤ ਧੰਨਵਾਦ ਭਿੰਦਰ ਘੋਲੀਆ, ਸਾਡਾ ਵੀਰ ਉੱਘਾ ਗੀਤਕਾਰ ਸ਼ਾਇਰੀ ਦਾ ਮਾਲਕ ਹੈ। ਲਓ ਜੀ ਸਾਹਮਣੇ ਲੱਖੇ ਨੇ ਕਬੱਡੀ ਪਾ ਦਿੱਤੀ ਹੈ, ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਮਾਲਵਾ ਕਬੱਡੀ ਕਲੱਬ ਮੋਗਾ ਦੀ ਤਰਫੋਂ ਤੇ ਪੱਤੋ ਹੀਰਾ ਸਿੰਘ ਜੀ ਦਾ ਬਿਹਤਰੀਨ ਖਿਡਾਰੀ ਬਗੀਚਾ ਸੁਵਿੰਦਰ ਦੀ ਧਰਤੀ ਦਾ, ਜਸਵਿੰਦਰ ਸਿੰਘ ਜੀ USA ਕੋਟ ਕਰੋੜ ਵਾਲੇ, ਕਿਰਪਾ ਕਰਕੇ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਜਸਵਿੰਦਰ ਸਿੰਘ ਜੀ USA ਕੋਟ ਕਰੋੜ ਪਿੰਡ ਹੈ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ। ਗਗਨ ਜਲਾਲ ਭਾਈ ਸੇਵਾ ਕਮੇਟੀ ਦੇ ਸਾਡੇ ਸਾਰੇ ਹੀ ਵੀਰ ਬਿੱਟੂ ਵਰਗੇ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ। ਲਓ ਜੀ ਗਗਨ ਨੇ ਰੇਡ ਪਾਈ, ਅਗਲੀ ਕਬੱਡੀ ਗਗਨ ਦੀ ਹੈ। ਇਹ ਮੇਰੇ ਵੀਰੋ ਸਾਧੂ ਵਾਲੇ ਦੀ ਧਰਤੀ ਦਾ, ਰੇਡਰ ਨੂੰ ਹੋਵੇ ਹੌਸਲਾ ਦੇ ਜਾਫੀ ਹੋਵਣ ਚਾਹੀਦੇ, ਫਿਰ ਜਾਣ ਜਾਣ ਕੇ ਤਕੜੇ ਜਾਫੀ ਨਾਲ ਰੇਡਰ ਪਾਉਂਦਾ ਪੰਗੇ। ਜੇ ਜਾਫੀ ਹੋਵਣ ਮਾੜੇ ਕੱਲਾ ਕੁਝ ਰੇਡਰ ਕਰਦਾ ਨੀ, ਜੇ ਆਪਣੇ ਹੁਣ ਬਰਾਬਰ ਦੇ ਸੁਖਿਆ ਬੰਦਾ ਕਦੇ ਵੀ ਹਰਦਾ ਨੀ, ਤਾੜੀਆਂ ਮਾਰ ਦੇਵੋ। ਵਾਹ ਨਹੀਂ ਰੀਸਾ, ਬਹੁਤ ਸੋਹਣਾ ਪੁਆਇੰਟ। ਬਰਾੜ ਸਾਹਿਬ ਮਾਣ ਕਰਦੇ ਨੇ ਆਪਣੇ ਇਸ ਖਿਡਾਰੀ ਤੇ, ਬਿਹਤਰੀਨ ਖਿਡਾਰੀ ਬਗੀਚਾ। ਨਾਲ ਹੀ ਜਿਹੜੇ ਸਾਡੇ ਇਕਬਾਲ ਸਿੰਘ ਜੀ ਮੰਡੀਲਾ ਵਾਲੇ ਰਾਜਿਆਣਾ ਪਿੰਡ ਹੈ, ਉਹਨਾਂ ਦੇ ਪਰਿਵਾਰਕ ਸੱਜਣ ਵੀ ਇੱਥੇ ਬਾਬਾ ਜੀ ਨਾਲ ਆ ਕੇ ਸੰਪਰਕ ਕਰਨ ਜੀ। ਜਿਹੜੇ ਵੀਰਾਂ ਨੇ ਪਹਿਲਾ ਪ੍ਰਾਈਜ਼ ਜਿਹੜਾ ਸਰਪੰਚਾਂ ਦਾ ਮੋਟਰਸਾਈਕਲ ਦਿੱਤਾ ਹੈ, ਇਕਬਾਲ ਸਿੰਘ ਜੀ ਮੰਡੀਲਾ ਰਾਜਿਆਣਾ, ਲਓ ਬੱਬੂ ਮੁਤਗੀ ਵਾਲਾ
ਔਰ ਦੇਖਦੇ ਵੀ ਸਾਹਮਣੇ ਇੱਧਰਲੇ ਬੰਨੇ ਨੌਜਵਾਨ ਖਿੰਦਰ ਤੇ ਅੰਕ ਜਾਫੀਆਂ ਦੇ ਹਿੱਸੇ ਜੁੜਦਾ ਹੈ ਫੈਸਲਾ ਪਰ ਇੱਧਰਲੇ ਬੰਨੇ ਹੈਲੋ ਨਿਰਮਲ ਸਿੰਘ ਜੀ ਮੈਂਬਰ ਪੰਚਾਇਤ ਡੈਰੀ ਵਾਲੇ ਕਿਰਪਾ ਕਰਕੇ ਮੈਨੂੰ ਆ ਕੇ ਮਿਲਣ ਨਿਰਮਲ ਸਿੰਘ ਜੀ ਮੈਂਬਰ ਪੰਚਾਇਤ ਡੈਰੀ ਵਾਲੇ ਚੰਦ ਪੁਰਾਣਾ ਨਾਲ ਇੱਕ ਬੇਨਤੀ ਹੈ ਜੀ ਬਾਬਾ ਜੀ ਵੱਲੋਂ ਸੁੱਖੇ ਇੱਕ ਮਿੰਟ ਵੀਰੇ ਇੱਕ ਬੇਨਤੀ ਹੈ ਜੀ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਵੀ ਜਿਹੜੇ ਸਾਡੇ ਦਾਨੀ ਸੱਜਣਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਵੀਰਾਂ ਦਾ ਨਾਮ ਅਨਾਊਂਸ ਕਰਨ ਵੱਲੋਂ ਰਹਿ ਗਏ ਹੋਈਏ ਤਾਂ ਅਸੀਂ ਗਲਤੀ ਮੰਨਦੇ ਜੇਕਰ ਕਿਸੇ ਸੱਜਣ ਦਾ ਸਨਮਾਨ ਚਿੰਨ੍ਹ ਤੇਰ ਵੱਲੋਂ ਰਹਿੰਦਾ ਕਿਰਪਾ ਕਰਕੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਅਸੀਂ ਮਾਫ਼ੀ ਚਾਹੁੰਦੇ ਹਾਂ ਜੇਕਰ ਕਿਸੇ ਵੀਰ ਦਾ ਅਸੀਂ ਸਨਮਾਨ ਚ ਸਨਮਾਨ ਅਸੀਂ ਕਰਨਾ ਭੁੱਲ ਗਏ ਹੋਈਏ ਕਿਰਪਾ ਕਰਕੇ ਉਹ ਸੱਜਣ ਸਾਡੇ ਨਾਲ ਸੰਪਰਕ ਕਰ ਲੈਣ ਜੀ ਮਾਈਕ ਓਵਰ ਟੂ ਸੁੱਖਾ ਕੜਿਆਲ ਮੋਨਾ ਪੰਡੋਰੀ ਵਾਲਾ ਇੱਕ ਅੰਕ ਲੈ ਕੇ ਹੋਰ ਵਾਧਾ ਕਰਦਾ ਹੋਇਆ ਚੱਲ ਵੀ ਗਗਨ ਜਲਾਲ ਵੱਲ ਲਗਾਤਾਰ ਕਬੱਡੀਆਂ ਪਾਉਣ ਦੇ ਵਿੱਚ ਰਿਕਾਰਡ ਕਾਇਮ ਕਰਦਾ ਰਿਹਾ ਹੈ ਗਗਨ ਜਲਾਲ ਦੀ ਧਰਤੀ ਦਾ ਪੈਂਦੀ ਹੋਈ ਕਬੱਡੀ ਔਰ ਚਾਰ ਭਰਾ ਖੜੇ ਨੇ ਦੇਖਣਾ ਵੀ ਗਗਨ ਦੇ ਨਾਲ ਮੇਰੇ ਵੀਰੋ ਇਹ ਵੀ ਗਗਨ ਹੈ ਦੋਨੇ ਗਗਨ ਆਪਸ ਦੇ ਵਿੱਚ ਖਹਿ ਗਏ ਨੇ ਜੱਫਾ ਲੱਗ ਚੁੱਕਾ ਤਾੜੀਆਂ ਵੱਧ ਚੁੱਕੀਆਂ ਨੇ ਘੜੀ ਦੀਆਂ ਸੂਈਆਂ ਟਿਕ 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 ਯਾਰੀ ਹੈ ਯਾਰੀ ਵਾਹ ਜੀ ਵਾਹ ਨਹਿਰੀ ਸਰ ਵਾਹ ਜੀ ਯਾਰੀ ਕਨੇਡਾ ਜੀ ਚੰਦ ਨਵਾਂ ਜੀ ਚੰਦ ਨਵੇਂ ਤੋਂ ਜਿਨ੍ਹਾਂ ਨੇ 2100 ਰੁਪਏ ਦਿੱਤਾ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰੋ ਜੀ ਤਾਰੀ ਕਨੇਡਾ ਬਸ ਬਾਈ ਜੀ ਹਿੱਕ ਦੇ ਜੋਲ ਹਲੋ ਆਇਆ ਜਲਾਲ ਚੰਦ ਪੁਰਾਣਾ ਜੀ ਤਾਰੀ ਕਨੇਡਾ ਸਾਡੇ ਵੀਰ ਜਿਹਨਾਂ ਵੱਲ 2100 ਰੁਪਏ ਆਇਆ ਉਹ ਵੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਉਹਨਾਂ ਦੇ ਪਰਿਵਾਰਕ ਮੈਂਬਰ ਜੀ ਹਾਂਜੀ ਸੁੱਖਾ ਜੀ ਸਾਹਮਣੇ ਕਹਿੰਦੇ ਨੇ ਵੀ ਪਈ ਹੋਈ ਕਬੱਡੀ ਦੇ ਦਰਮਿਆਨ ਮਚਾਕੀ ਦੀ ਧਰਤੀ ਦੇ ਬੱਬੂ ਨੇ ਕੋਸ਼ਿਸ਼ ਕੀਤੀ ਲੱਖੇ ਨੂੰ ਪਕੜਨ ਦੀ ਪਰ ਲੱਖਾ ਧਰਮ ਕੋਟੀਆ ਪੁਆਇੰਟ ਲੈ ਕੇ ਪਹੁੰਚੇ ਬੱਬੂ ਮੇਰੇ ਵੀਰਿਓ ਮੁਦਕੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਬੱਬੂ ਮੁਦਕੀ ਦੀ ਧਰਤੀ ਦਾ ਮਧਰਾ ਜਾ ਕੱਦ ਛੋਟੀ ਉਮਰ ਵੱਡੇ ਹੌਸਲੇ ਨੇ ਡਬਲ ਟੱਚ ਸਾਡੇ ਪਿੰਡ ਆ ਕੇ ਵੇਖੀ ਵੱਸਦਾ ਏ ਰੱਬ ਬੱਸੋ ਉਤਰਦਿਆਂ ਸਾਰ ਸਾਡਾ ਘਰ ਜਾਊ ਲੱਭ ਯਾਰ ਸੁੱਖੇ ਦੇ ਨੇ ਨਿਰੇ ਸਨਮਾਨਾਂ ਵਰਗੇ ਸਾਡੇ ਦਿਲ ਨੀ ਕਿਰਾਏ ਦੇ ਮਕਾਨਾਂ ਵਰਗੇ ਸਾਡੇ ਦਿਲ ਨੀ ਕਿਰਾਏ ਦੇ ਮਕਾਨਾਂ ਵਰਗੇ ਪੰਡੋਰੀ ਵਾਲਾ ਰੇਡ ਪਾਉਂਦਾ ਹੋਇਆ ਇਧਰ ਗੁਰਪ੍ਰੀਤ ਸਹਿਜੀ ਸਾਡਾ ਵੀਰ ਕਬੱਡੀ ਜੈਕਸ਼ਨ ਬੁੱਕ ਕੱਢੀ ਹੈ ਬਹੁਤ ਹੀ ਪਿਆਰੇ ਲੇਖਕ ਨੇ ਔਰ ਇਸ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਇਹਦਾ ਵੀ ਧੰਨਵਾਦ ਹੈ ਸਾਡਾ ਵੀਰ ਅਵਤਾਰ ਬਰਾੜ ਬੈਠਾ ਮੈਚ ਦੇਖਦਾ ਹੈ ਸੋਹਣ ਹਾਂਗਕਾਂਗ ਵਾਲਾ ਡਰੋਨੀ ਵਾਲਾ ਬੈਠਾ ਬਹੁਤ ਬਹੁਤ ਧੰਨਵਾਦ ਲਾ ਵੀ ਇਹ ਪੁਆਇੰਟ ਮੋਨੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਬੱਬੂ ਮੇਰੇ ਵੀਰਿਓ ਬਹੁਤ ਹੀ ਫੁਰਤੀ ਦੇ ਨਾਲ ਇਹ ਚੋਪਰ ਜਿਹੜਾ ਇਸ ਵਕਤ ਰੇਡ ਪਾ ਰਿਹਾ ਹੈ ਬੱਬੂ ਮੁਦਕੀ ਵਾਲਾ ਬਾਹ ਸੱਜਣ ਹੱਥ ਰੱਖ ਆ ਗਈ ਜਾਨ ਸਿਕੰਜੇ ਅੰਦਰ ਵਾਹ ਸੱਜਣ ਰਮਣੇ ਦੇ ਨਾਲ ਹੱਥ ਜੋੜੀਆਂ ਹੋਈਆਂ ਸੀ ਲਾਲ ਸਿੰਘ ਜੀ ਸਰਪੰਚ ਚੰਦਨਵਾ ਉਹਨਾਂ ਨੂੰ ਸਨਮਾਨਿਤ ਕਰਨਗੇ ਜੀ ਚਮਕੌਰ ਸਿੰਘ ਜੀ ਜੋ ਭਰਾਤਾ ਨੇ ਬਾਬਾ ਗੁਰਦੀਪ ਸਿੰਘ ਜੀ ਦੇ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਗੁਰਮੀਤ ਸਿੰਘ ਜੀ ਸਰਪੰਚ ਚੰਦਨਵਾ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ ਲਓ ਜੀ ਲਗਾਤਾਰ ਕਬੱਡੀ ਪੈਂਦੀ ਹੈ ਸੋ ਦੇਖਿਆ ਵੀ ਜਦ ਵੀ ਕਬੱਡੀ ਵਾਲਾ ਲੇਟ ਹੋ ਜਾਂਦਾ ਹੈ ਤੇ ਭਾਗਦੜ ਮੱਚ ਜਾਂਦੀ ਹੈ ਮੇਰੇ ਵੀਰੋ ਬਹੁਤ ਸੋਹਣੇ ਮੈਚ ਖੇਡੇ ਜਾ ਰਹੇ ਨੇ
ਨਾਲ ਦੀ ਬੇਨਤੀ ਹੈ ਬਾਕੀ ਖਿਡਾਰੀ ਸਾਈਡ ਤੇ ਹੋ ਕੇ ਖੜ ਜਾਣ, ਬਹੁਤ ਮਿਹਰਬਾਨੀ ਹੋਵੇਗੀ, ਰੌਲਾ ਨਹੀਂ ਪਾਉਣਾ। ਮੈਚ ਚੰਗਾ ਲੱਗ ਰਿਹਾ ਤਾਂ ਤਾੜੀ ਜ਼ਰੂਰ ਮਾਰੋ ਬਾਬਾ ਜੀ ਦੇ ਨਾਂ ਤੇ, ਜ਼ੋਰਦਾਰ ਤਾੜੀ। ਵਾਹ ਜੀ ਵਾਹ, ਸਾਹਮਣੇ ਨਿੰਦਰ ਕਬੱਡੀ ਪਾਉਂਦਾ ਹੋਇਆ ਅੱਜ ਧੰਨ ਧੰਨ ਸੱਚਖੰਡ ਵਾਸੀ ਦੀ ਯਾਦ ਦੇ ਵਿੱਚ ਮੇਰੇ ਵੀਰੋ ਰੌਣਕਾਂ ਲੱਗੀਆਂ ਹੋਈਆਂ ਨੇ, ਅੱਜ ਬਾਜਾ ਬਾਜਾ ਹੋਈ ਪਈ ਹੈ, ਧੰਨ ਧੰਨ ਹੋ ਗਈ ਬਾਬਾ ਗੁਰਦੀਪ ਸਿੰਘ ਜੀ ਦੀ। ਲਾ ਜੀ ਸਾਹਮਣੇ ਜੱਫਾ ਲਾਉਣ ਦੀ ਗੱਲ ਕਰ ਦਿੱਤੀ ਹੈ, ਇੱਥੇ ਰੱਖ ਮੋਟਿਆਂ ਪੱਟਾਂ ਦੀ ਗੱਲ। ਬਾਹ ਸੱਜਣਾ ਇਹ ਆ ਰਮਨ ਜਿਹਨੇ ਜੱਫਾ ਲਾ ਕੇ ਕੰਗ ਦੇ ਵਾਧੇ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸੋਹਣਾ ਪੁਆਇੰਟ ਰਮਨ। ਹੈਲੋ 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 ਹੈਲੋ, ਨਾਲ ਹੀ ਅਸੀਂ ਸਨਮਾਨ ਜਿਹਨੂੰ ਦੇਣ ਜਾ ਰਹੇ ਹਾਂ ਸਾਡੇ ਇਸ ਖੇਡ ਮੇਲੇ ਦੇ ਮੁੱਖ ਸਪੌਂਸਰ ਸਾਡੇ ਵੀਰ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਚੰਦਨਵਾ, ਔਰ ਆਉਂਦੇ ਵਰੇ ਵੀ ਜਿਹਨਾਂ ਨੇ ਵੱਡੇ ਵਾਅਦੇ ਕੀਤੇ ਆ ਵੀ ਕਹਿੰਦੇ ਆਉਂਦੇ ਸਾਲ ਆਪਾਂ ਇਸ ਤੋਂ ਵੀ ਵੱਧ ਕੇ ਇਸ ਖੇਡ ਮੇਲੇ 'ਚ ਯੋਗਦਾਨ ਪਾਵਾਂਗੇ। ਸਾਡੇ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਬਾਰੇ ਇਹਨਾਂ ਪੁਆਇੰਟਾਂ ਦਾ ਵੇਰਵਾ। ਮਾਲਵਾ ਕਬੱਡੀ ਕਲੱਬ ਮੋਗਾ 33 ਤੇ ਪੱਤੋ ਹੀਰਾ ਸਿੰਘ ਕਬੱਡੀ ਅਕੈਡਮੀ 31। ਮਾਲਵਾ ਕਬੱਡੀ ਕਲੱਬ ਮੋਗਾ ਫਾਸਟ ਇਸ ਅਕੈਡਮੀਆਂ ਦੇ ਫਾਈਨਲ ਮੈਚ ਵਿੱਚੋਂ ਜੇਤੂ ਮਾਲਵਾ ਅਕੈਡਮੀ ਮੋਗਾ ਤੇ ਮੋਗਾ ਦਾ ਬੈਸਟ ਜਾਫੀ ਬਿੱਲਾ ਗਗੜਾ ਤੇ ਨਾਲ ਹੀ ਉਪ ਜੇਤੂ ਹਰਜੀਤ ਫਰੈਂਡਸ ਅਕੈਡਮੀ ਪੱਤੋ ਹੀਰਾ ਸਿੰਘ ਦੂਜੇ ਨੰਬਰ ਤੇ ਹੈ, ਉਸਦਾ ਬੈਸਟ ਰੇਡਰ ਗਗਨ ਜਲਾਲ। ਪੱਤਰਕਾਰ ਵੀਰ ਨੋਟ ਕਰ, ਹਾਂਜੀ ਹਾਂਜੀ ਹਾਂਜੀ, ਜੇਤੂ ਮਾਲਵਾ ਅਕੈਡਮੀ ਮੋਗਾ ਜੇਤੂ ਹਰਜੀਤ ਫਰੈਂਡਸ ਅਕੈਡਮੀ। ਹੈਲੋ ਹੈਲੋ ਹੈਲੋ, ਹਾਂਜੀ ਅਸੀਂ ਸੱਦਾ ਦੇਵਾਂਗੇ ਜਿਸ ਵਿੱਚੋਂ ਬੈਸਟ ਰੇਡਰ ਡਾਕਟਰ ਬਲਦੇਵ ਸਿੰਘ ਜੀ, ਡਾਕਟਰ ਬਲਦੇਵ ਜੀ। ਇੱਕ ਮਿੰਟ, ਸਾਡਾ ਵੀਰ ਗੁਰਪਾਲ ਆਪਣੇ ਜਿੰਨੇ ਵੀ ਮੁਲਾਜ਼ਮ ਨੇ ਸਿਕਿਉਰਿਟੀ ਵਾਲੇ ਉਹਨਾਂ ਨੂੰ ਮੇਨ ਗੇਟ ਤੇ ਬੁਲਾ ਰਿਹਾ ਬਾਈ ਜੀ, ਉਹਨਾਂ ਦਾ ਸਨਮਾਨ ਤੋਣਾ ਗੁਰਪਾਲ ਵੱਲੋਂ। ਨਾਲ ਹੀ ਅਸੀਂ ਸੱਦਾ ਦੇ ਰਹੇ ਜੀ ਪਹਿਲੇ ਨੰਬਰ ਤੇ ਜਿਹੜੀ ਅਕੈਡਮੀ ਕਾਬਜ ਹੋਈ ਹੈ ਚੰਦ ਪੁਰਾਣੇ ਦੇ ਇਸ ਖੇਡ ਮੇਲੇ ਦੇ ਕਬੱਡੀ ਕੱਪ ਤੇ, ਮਾਲਵਾ ਕਬੱਡੀ ਕਲੱਬ ਮੋਗਾ ਦੇ ਕੋਚ ਸਾਹਿਬਾਨ ਜਤਿੰਦਰ ਕਾਕਾ ਜੀ ਫਤਿਹਗੜ੍ਹ, ਉਹਨਾਂ ਨੂੰ ਬੇਨਤੀ ਹੈ ਜੀ ਆਪਣੇ ਸਖਾਂਦਰੂਆਂ ਨੂੰ ਨਾਲ ਲੈ ਕੇ ਫਸਟ ਪ੍ਰਾਈਜ਼ ਜਿਹੜਾ ਔਰ 1 ਲੱਖ ਰੁਪਈਆ ਜਿਹੜਾ ਸਾਡੇ ਵੀਰ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਚੰਦ ਨਵਿਆਂ ਵਾਲੇ ਉਹਨਾਂ ਵੱਲੋਂ ਦਿੱਤਾ ਜਾਣਾ ਹੈ। ਜੇਤੂ ਟੀਮ ਜਿਹੜੀ ਸਟੇਜ ਦੇ ਉੱਪਰ ਆ ਜਾਏ ਜੀ, ਜੇਤੂ ਟੀਮ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਹੈ, ਨਾਲ ਜਸ ਗਗੜਾ ਇੰਟਰਨੈਸ਼ਨਲ ਕਬੱਡੀ ਪਲੇਅਰ, ਔਰ ਫਸਟ ਪ੍ਰਾਈਜ਼ ਇਸ ਸਮੇਂ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਦੋਨੋਂ ਟੀਮਾਂ ਦੇ ਨਾਂ ਦੇ ਉੱਪਰ। ਫਸਟ ਪ੍ਰਾਈਜ਼ ਮਾਲਵਾ ਕਬੱਡੀ ਕਲੱਬ ਮੋਗਾ, ਔਰ ਸੈਕਿੰਡ ਪ੍ਰਾਈਜ਼ ਦੇ ਲਈ ਵੀ ਅਸੀਂ ਸੱਦਾ ਦੇਵਾਂਗੇ ਸਰਦਾਰ ਸਾਧੂ ਸਿੰਘ ਜੀ ਬਰਾੜ ਸਾਹਿਬ। ਕਿਰਪਾ ਕਰਕੇ ਹਰਜੀਤ ਫਰੈਂਡਸ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ ਵੀ ਜਿਹੜੀ ਸਟੇਜ ਦੇ ਲਾਗੇ ਪੁੱਜ ਜਾਵੇ।
ਇਹ ਫਸਟ ਪ੍ਰਾਈਜ ਹੈ ਜੀ, ਫਸਟ ਪ੍ਰਾਈਜ ਸੋ ਬਾਬਾ ਜੀ ਨੂੰ ਮੁਬਾਰਕਬਾਦ ਹੈ। ਬਾਬਾ ਗੁਰਦੀਪ ਸਿੰਘ ਜੀ ਵਧਾਈਆਂ ਤੁਹਾਨੂੰ ਇਸ ਖੇਡ ਮੇਲੇ ਦੀਆਂ, ਔਰ ਵਧਾਈਆਂ ਨੇ ਬਾਈ ਕਾਕੇ ਫਤਿਹਗੜ੍ਹ ਵਾਲੇ ਨੂੰ, ਮਾਲਵਾ ਕਬੱਡੀ ਕਲੱਬ ਮੋਗਾ ਪਹਿਲਾ ਨੰਬਰ। ਔਰ ਦੂਸਰੀ ਵਧਾਈ ਦੇਵਾਂਗਾ ਮੈਂ ਪ੍ਰਸਿੱਧ ਕੋਚ ਜਿਨ੍ਹਾਂ ਨੇ ਸਭ ਤੋਂ ਵੱਧ ਖਿਡਾਰੀ ਪੈਦਾ ਕੀਤੇ, ਸਾਧੂ ਸਿੰਘ ਜੀ ਬਰਾੜ ਸਾਹਿਬ, ਉਹਨਾਂ ਦੀ ਟੀਮ ਨੂੰ। ਔਰ ਉਹਨਾਂ ਨੂੰ ਮੁਬਾਰਕਬਾਦ ਹੈ ਜੋ ਵਰਲਡ ਕੱਪ ਦੇ ਵਿੱਚ ਵੀ ਬਤੌਰ ਡਿਊਟੀ ਉਹਨਾਂ ਨੇ ਨਿਭਾਈ ਹੈ। ਔਰ ਸੁਖਚੈਨ ਚੈਣਾ ਜੀ, ਬਾਈ ਤੇਜੀ ਰਾਮੋ ਵਾਲੀ ਆ, ਮਦਨ ਗੋਪਾਲ ਜੀ ਸਾਰਿਆਂ ਨੂੰ, ਨਾਲੇ ਕਾਲਾ ਮਾਧਪੁਰ ਵਾਲਾ, ਉਹਨਾਂ ਦਾ ਵੀ ਧੰਨਵਾਦ ਹੈ। ਸੋ ਹੈਲੋ, ਹਾਂਜੀ, ਗਲੋਬਲ ਸਿਕਿਉਰਿਟੀ ਦੇ ਜਿੰਨੇ ਵੀ ਮੁਲਾਜ਼ਮ ਵੀਰ ਨੇ ਉਹ ਸਟੇਜ ਦੇ ਮਗਰਲੇ ਪਾਸੇ ਚਲੇ ਜਾਣ, ਸਰਦਾਰ ਬਲਦੇਵ ਸਿੰਘ ਜੀ ਉਹਨਾਂ ਨੂੰ ਉੱਥੇ ਮਿਲਣਗੇ। ਆਪਣਾ ਫਸਟ ਪ੍ਰਾਈਜ਼ ਜਿਹੜਾ ਹੈ, ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਹੈ, ਪਹਿਲਾ ਸਥਾਨ ਪ੍ਰਾਪਤ ਕੀਤਾ ਚੰਦ ਪੁਰਾਣੇ ਦੇ ਇਸ ਕਬੱਡੀ ਮਹਾਕੁੰਭ ਦੇ ਵਿੱਚ, ਮਾਲਵਾ ਕਬੱਡੀ ਕਲੱਬ ਮੋਗਾ। ਹੈਲੋ, ਜਿਹੜਾ ਫਸਟ ਇਨਾਮ ਹੈ ਸਾਡੇ ਵੀਰ ਜਗਤਾਰ ਸਿੰਘ ਜੀ ਤਾਰੀ ਹਾਂਗਕਾਂਗ ਚੰਦਨਾਮਾ ਵਾਲੇ, ਇਹਨਾਂ ਵੱਲੋਂ ਫਸਟ ਪ੍ਰਾਈਜ਼ ਦਿੱਤਾ ਜਾ ਰਿਹਾ, ਔਰ ਇਹਨਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰ ਰਹੇ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ, ਔਰ ਸਾਡੇ ਸਾਰੇ ਹੀ NRI ਵੀਰ ਜਿਨ੍ਹਾਂ ਦੇ ਵੱਡੇ ਸਹਿਯੋਗ ਹੈ, ਜੇਤੂ ਔਰ ਉਪਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਜਾ ਰਹੇ ਹੈ। ਔਰ ਜਿਹੜਾ ਸੈਕਿੰਡ ਪ੍ਰਾਈਜ਼ ਦੇ ਲਈ, ਆਓ ਜੀ, ਆਪਣਾ ਹਰਜੀਤ ਫਰੈਂਡਸ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ, ਹਰਜੀਤ ਫਰੈਂਡਸ ਕਬੱਡੀ ਕਲੱਬ ਪੱਤੋ ਹੀਰਾ ਸਿੰਘ ਦੀ ਟੀਮ ਜਿਹੜੀ 75,000 ਰੁਪਇਆ ਉਹ ਸਾਡੇ ਜਿਹੜਾ ਅਮਰੀਕ ਸਿੰਘ ਜੀ UK ਵਾਲੇ ਜਹਾਂਗੀਰ ਪਿੰਡ ਹੈ, ਸੈਕਿੰਡ ਪ੍ਰਾਈਜ ਆਓ ਜੀ, ਹਰਜੀਤ ਐਂਡ ਤਲਵਾਰ ਕਲੱਬ, ਆਪਣਾ ਹਰਜੀਤ ਫਰੈਂਡਸ ਕਲੱਬ ਪੱਤੋ ਹੀਰਾ ਸਿੰਘ, ਹਰਜੀਤ ਫਰੈਂਡਸ ਕਬੱਡੀ ਕਲੱਬ ਪੱਤੋ ਹੀਰਾ ਸਿੰਘ, ਸਾਧੂ ਸਿੰਘ ਜੀ ਬਰਾੜ ਕਬੱਡੀ ਦੇ ਵਿੱਚ ਬੇਹੱਦ ਸਤਿਕਾਰਯੋਗ ਸ਼ਖਸੀਅਤ ਸਰਦਾਰ ਸਾਧੂ ਸਿੰਘ ਜੀ ਬਰਾੜ, ਔਰ ਉਹਨਾਂ ਦੇ ਸਖਾਂਦਰੂ ਖਿਡਾਰੀ। ਮੁਬਾਰਕਬਾਦ ਹੈ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਦੀ ਕਾਕਾ ਫਤਿਹਗੜ੍ਹ ਜੀ, ਔਰ ਨਾਲ ਹੀ ਸਾਡੇ ਸਾਧੂ ਸਿੰਘ ਜੀ ਬਰਾੜ ਸਾਹਿਬ, ਔਰ ਇਹ ਜਿਹੜਾ ਸੈਕਿੰਡ ਪ੍ਰਾਈਜ਼ ਦੇਣਗੇ ਜੀ ਸਾਡੇ, ਜਿਹੜਾ ਸੈਕਿੰਡ ਪ੍ਰਾਈਜ਼ ਹੈ 75,000 ਰੁਪਇਆ ਸਾਨੂੰ ਦਿੱਤਾ ਗਿਆ ਜੀ, ਅਮਰੀਕ ਸਿੰਘ ਜੀ UK ਵਾਲੇ ਜਹਾਂਗੀਰ ਪਿੰਡ ਹੈ ਜ਼ਿਲ੍ਹੇ ਲੁਧਿਆਣੇ ਦਾ, ਔਰ ਇਸ ਟੀਮ ਨੂੰ ਜਿਹੜਾ ਇਨਾਮ ਤਕਸੀਮ ਕਰਨਗੇ ਸਾਡੇ ਜਗਤਾਰ ਤਾਰੀ ਜੀ ਹਾਂਗਕਾਂਗ ਵਾਲੇ, ਨਾਲ ਹੀ ਬਾਬਾ ਗੁਰਦੀਪ ਸਿੰਘ ਜੀ ਸਾਡੇ ਨਾਲ ਹੀ, ਇੱਧਰ ਚਮਕੌਰ ਸਿੰਘ ਜੀ ਜਰਮਨ ਵਾਲੇ, ਸਾਰੇ ਹੀ ਸਾਡੇ NRI ਵੀਰ ਸਨੀ ਸੇਖੋ ਜੀ, ਸਾਡੇ ਸਾਰੇ ਹੀ ਬੇਹੱਦ ਸਤਿਕਾਰਯੋਗ ਸੱਜਣ ਹੈ। ਔਰ ਹੁਣ ਮੈਂ ਸੱਦਾ ਦੇਵਾਂਗਾ ਜੀ ਅੱਜ ਦੇ ਇਸ ਅਕੈਡਮੀਆਂ ਦੇ ਜਿਹੜਾ ਬੈਸਟ ਰੇਡਰ ਹੈ ਗਗਨ ਜਲਾਲ, 11,000 ਰੁਪਇਆ
ਹੈਲੋ ਬੈਸਟ ਰੇਡਰ ਗਗਨ ਜਲਾਲ ਹੈਲੋ ਗਗਨ ਜਲਾਲ ਅੱਜ ਦੇ ਇਸ ਖੇਡ ਮੇਲੇ ਦਾ ਬੈਸਟ ਰੇਡਰ ਹੈ ਸਾਡੇ ਵੀਰ ਸਨੀ ਸੇਖੋ ਜੀ ਉਹਨਾਂ ਵੱਲੋਂ ਹਾਂਗਕਾਂਗ ਵਾਲੇ 11,000 ਰੁਪਇਆ ਜਿਹੜਾ ਇਹ ਅੱਜ ਦੇ ਇਸ ਖੇਡ ਮੇਲੇ ਦੇ ਬੈਸਟ ਰੇਡਰ ਗਗਨ ਜਲਾਲ 28 ਕਬੱਡੀਆਂ ਪਾਈਆਂ 26 ਪੁਆਇੰਟ ਲਏ ਹੈ ਇਸ ਨੌਜਵਾਨ ਨੇ ਬੈਸਟ ਰੇਡਰ 11,000 ਰੁਪਇਆ ਨਕਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਸਾਡੇ ਅਸੀਂ ਧੰਨਵਾਦ ਕਰਦੇ ਹਾਂ ਸਨੀ ਸੇਖੋ ਜੀ ਆਓ ਜੀ ਬੈਸਟ ਜਾਫੀ ਬਿੱਲਾ ਗਗੜਾ ਜੀ ਬੈਸਟ ਜਾਫੀ ਬਿੱਲਾ ਗਗੜਾ ਮਾਲਵਾ ਕਬੱਡੀ ਕਲੱਬ ਮੋਗਾ ਦਾ ਇਹ ਨੌਜਵਾਨ ਬੈਸਟ ਜਾਫੀ ਅੱਜ ਦੇ ਖੇਡ ਮੇਲੇ ਦਾ ਬਿੱਲਾ ਗਗੜੇ ਪਿੰਡ ਦਾ ਹੈਲੋ ਨਾਲ ਹੀ ਮੈਂ ਸੱਦਾ ਦੇਵਾਂਗਾ ਜੀ ਪਿੰਡ ਪੱਧਰ ਦੇ ਜੇਤੂ ਟੀਮ ਜਿਹੜੀ ਜੋਗੇ ਵਾਲੇ ਦੀ ਟੀਮ ਹੈ ਜੀ ਇੱਧਰ ਬਿੱਲਾ ਗਗੜਾ ਅੱਜ ਦੇ ਖੇਡ ਮੇਲੇ ਦਾ ਬੈਸਟ ਜਾਫੀ ਹੈ ਜੋਗੇ ਵਾਲੇ ਦੀ ਟੀਮ ਆਵੇ ਜੀ ਜੋਗੇ ਵਾਲਾ ਨਾਲ ਹੀ ਦੱਸ ਦਈਏ ਵੀ ਜੋਗੇ ਵਾਲੀਏ ਜੋਗੇ ਵਾਲੇ ਦੀ ਕੱਲ ਟੀਮ ਜੋਗੇ ਵਾਲੇ ਦੀ ਟੀਮ ਕੱਲ ਕਿਰਾਇਆ ਮੰਗਦੀ ਸੀ ਬਾਬਾ ਜੀ ਤੋਂ ਤੇ ਬਾਬਾ ਜੀ ਨੇ ਥਾਪੀ ਦਿੱਤੀ ਤੁਹਾਨੂੰ ਕਿਰਾਏ ਦੀ ਕੀ ਲੋੜ ਆ ਤੁਸੀਂ ਤਾਂ ਜਿੱਤ ਹੀ ਜਾਣਾ ਤੇ ਅੱਜ ਵੇਖ ਲਓ ਵੀ ਜਿੱਤ ਗਏ ਇੱਕ ਵਾਰੀ ਬੋਲੋ ਸੋਨਿਹਾਲ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਹੈ ਮੁਬਾਰਕਾਂ ਸੁੱਖੇ ਨੂੰ ਵੀ ਸਾਡੇ ਵੀਰ ਨੂੰ ਕਿਉਂਕਿ ਸੁੱਖੇ ਦੀ ਸਪੌਂਸਰ ਕੀਤੀ ਟੀਮ ਸੀ ਵਿਸ਼ੇਸ਼ ਤੌਰ ਤੇ ਸੱਦੇ ਪੱਤਰ ਭੇਜੇ ਜੋਗੇ ਵਾਲੇ ਦੀ ਟੀਮ ਜਿਹੜੀ ਸਾਡੇ ਖੇਡ ਮੇਲੇ ਦੇ ਪਿੰਡ ਪੱਧਰ ਦੇ ਮੁਕਾਬਲਿਆਂ ਦੀ ਜੇਤੂ ਟੀਮ ਹੈ ਆਓ ਜੀ ਦੂਜੇ ਨੰਬਰ ਤੇ ਟੀਮ ਜਿਹੜੀ ਜ਼ਿਲ੍ਹੇ ਫਿਰੋਜ਼ਪੁਰ ਦਾ ਲੋਹਾਮ ਪਿੰਡ ਜੀ ਲੋਹਾਮ ਦੀ ਟੀਮ ਦੂਜੇ ਨੰਬਰ ਤੇ ਰਹੀ ਹੈ ਜੀ ਉਹ ਵੀ ਆਪਣਾ ਪ੍ਰਾਈਜ਼ ਹਾਸਲ ਕਰ ਲੈਣ ਆਪਣਾ ਪ੍ਰਾਈਜ਼ ਇੱਧਰ ਫਸਟ ਪ੍ਰਾਈਜ਼ 51,000 ਰੁਪਇਆ ਆਓ ਜੀ 41,000 ਤੇ ਜਿਹੜੀ ਟੀਮ ਕਾਬਜ ਹੋਈ ਹੈ ਲੋਹਾਮਾ ਦੀ ਟੀਮ ਹੈ ਜੀ ਕਰਮੇ ਵਰਗੇ ਬਹਿ ਜਾਓ ਮੇਰੇ ਵੀਰ ਇੱਧਰ ਅਸੀਂ ਧੰਨਵਾਦ ਕਰਦੇ ਸਾਡੇ ਪੰਜਾਬ ਲਾਈਵ 1.com ਵਾਲੇ ਸੱਜਣਾਂ ਦਾ ਔਰ ਨਾਲ ਹੀ ਰਣਜੀਤ ਸਟੂਡੀਓ ਵਾਲੇ ਔਰ ਜਿੰਨੇ ਵੀ ਸਾਡੇ ਮੀਡੀਆ ਦੇ ਵਿੱਚੋਂ ਸੱਜਣ ਪੁੱਜੇ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਇੱਧਰ ਦੂਸਰੇ ਨੰਬਰ ਤੇ ਰਹੀ ਟੀਮ ਹੈ ਜੀ ਲੋਹਾਮ ਪਿੰਡ ਦੀ ਲੋਹਾਮਾ ਦੀ ਟੀਮ ਹੈ ਔਰ ਨਾਲ ਹੀ ਮੈਂ ਸੱਦਾ ਦੇਵਾਂਗਾ ਅੱਜ ਦੇ ਪਿੰਡ ਪੱਧਰ ਦੇ ਖੇਡ ਮੇਲੇ ਦਾ ਬੈਸਟ ਰੇਡਰ ਸਿੱਖ ਸਰਦਾਰ ਨੌਜਵਾਨ ਗਗਨ ਜੋਗੇ ਵਾਲਾ ਗਗਨ ਜੋਗੇ ਵਾਲਾ ਬੈਸਟ ਰੇਡਰ ਪਿੰਡ ਪੱਧਰ ਦੇ ਮੁਕਾਬਲਿਆਂ ਦਾ ਕਲਰ ਟੀਵੀਆਂ ਦੇ ਨਾਲ ਮਾਣ ਸਨਮਾਨ ਹੈ ਜੋਗੇ ਵਾਲੇ ਦਾ ਗਗਨ ਪਿੰਡ ਪੱਧਰ ਦੇ ਖੇਡ ਮੇਲੇ ਦਾ ਬੈਸਟ ਰੇਡਰ ਦੱਸਿਆ ਲਾਈਟਾਂ ਵੀ ਦੱਸਿਆ ਹੁਣ ਤਾਂ ਲਾਈਟਾਂ ਜਗਾ ਦੇ ਤੇਰਾ ਸੁੱਖਾ ਵੀ ਆ ਗਿਆ ਸੀ ਉਡੀਕਦਾ ਸੀ ਹੁਣ ਤਾਂ ਆਓ ਜੀ ਗਗਨ ਜੋਗੇ ਵਾਲਾ ਬੈਸਟ ਰੇਡਰ ਬੈਸਟ ਰੇਡਰ ਗਗਨ ਜੋਗੇ ਵਾਲਾ ਇੱਕ ਵਾਰੀ ਤਾੜੀਆਂ ਜ਼ਰੂਰ ਮਾਰ ਦਿਓ ਮੇਰੇ ਵੀਰ ਕਿਉਂਕਿ ਨੌਜਵਾਨ ਪੂਰੇ ਸਿੱਖੀ ਸਰੂਪ ਦੇ ਵਿੱਚ ਖੇਡਦਾ ਆਓ ਬੈਸਟ ਜਾਫੀ ਬਗੀਚਾ ਇੰਦਗੜ ਬਗੀਚਾ ਜ਼ੋਰਦਾਰ ਤਾੜੀਆਂ ਇਸ ਗੱਭਰੂ ਦੇ ਨਾਂ ਤੇ ਵੀ ਨਿਰਮਲ ਸਿੰਘ ਜੀ ਡੈਰੀ ਵਾਲਾ ਉਹ ਵੀ ਆ ਜਾਣ ਜੀ ਸਾਡੇ ਸੱਜਣ ਨਿਰਮਲ ਸਿੰਘ ਜੀ ਡੈਰੀ ਵਾਲਾ
ਆਓ ਬੈਸਟ ਜਾਪੀ ਅੱਜ ਦੇ ਖੇਡ ਮੇਲੇ ਦਾ ਇਧਰ ਬਗੀਚਾ ਇੰਦਗੜੀ ਹੈ ਪਿੰਡ ਪੱਧਰ ਦੇ ਮੁਕਾਬਲਿਆਂ ਦਾ ਬੈਸਟ ਜਾਪੀ ਹੈ। ਜੇਕਰ ਹਾਲੇ ਵੀ ਸਾਡੇ ਕੋਈ ਦਾਨੀ ਸੱਜਣ ਜਿਨ੍ਹਾਂ ਦਾ ਨਾਮ ਅਸੀਂ ਅਨਾਊਂਸ ਕਰਨਾ ਭੁੱਲ ਗਏ ਹੈ, ਗੁਰੂ ਘਰ ਆ ਪਾਣੀ ਠੀਕ ਆ, ਤੇ ਉਹ ਸਾਡੇ ਵੀਰ ਤੋਂ ਅਸੀਂ ਮਾਫੀ ਮੰਗਦੇ ਹਾਂ ਜੇਕਰ ਕਿਸੇ ਦਾ ਨਾਮ ਅਨਾਊਂਸ ਕਰਨ ਵੱਲੋਂ ਰਹਿੰਦਾ ਹੈ ਤਾਂ ਉਹ ਸਾਡੇ ਸੱਜਣ ਸਾਡੇ ਕੋਲ ਆਪਣਾ ਨਾਮ ਦੱਸ ਕੇ ਆਪਣਾ ਸਨਮਾਨ ਚਿੰਨ ਲੈ ਜਾਣ। ਹੈਲੋ ਬਲਰਾਜ ਸਿੰਗਲਾ ਜੀ, ਬਲਰਾਜ ਸਿੰਗਲਾ ਜੀ ਸਾਡੇ ਅਜੀਤ ਦੇ ਪੱਤਰਕਾਰ ਨੇ ਜੀ, ਬਾਘਾ ਪੁਰਾਣੇ ਦੇ ਇੰਚਾਰਜ ਨੇ ਬਲਰਾਜ ਸਿੰਗਲਾ ਜੀ, ਗੋਲਡ ਮੈਡਲਿਸਟ ਪੱਤਰਕਾਰ ਨੇ ਅਜੀਤ ਦੇ। ਅਜੀਤ ਦੇ ਪੱਤਰਕਾਰ ਸਾਡੇ ਇੰਚਾਰਜ ਨੇ ਬਾਘਾ ਪੁਰਾਣਾ ਦੇ ਬਲਰਾਜ ਸਿੰਗਲਾ ਜੀ। ਇਸ ਗੁਰੂ ਘਰ ਦੇ ਨਾਲ ਅਥਾਹ ਪਿਆਰ ਵਿਸ਼ਵਾਸ ਇਹਨਾਂ ਦਾ, ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਹਾਂਜੀ ਸੰਦੀਪ ਸ਼ਰਮਾ ਜੀ ਆਓ ਜੀ, ਡਾਕਟਰ ਸੰਦੀਪ ਸ਼ਰਮਾ ਜੀ ਸਾਡੇ ਪੱਤਰਕਾਰ ਸਾਹਿਬ, ਤੇ ਸਾਡੇ ਪੱਤਰਕਾਰ ਵੀਰ ਸਾਰਿਆਂ ਨੂੰ ਬੇਨਤੀ ਹੈ ਜੀ ਆਪੋ ਆਪਣੇ ਸਨਮਾਨ ਚਿੰਨ ਪ੍ਰਾਪਤ ਕਰ ਲੈਣ। ਇੱਧਰ ਸੰਦੀਪ ਸ਼ਰਮਾ ਜੀ ਪੱਤਰਕਾਰ ਸਾਹਿਬਾਨ ਆਓ ਜੀ, ਸਾਡੇ ਸਾਰੇ ਪੱਤਰਕਾਰ ਸਾਹਿਬਾਨਾਂ ਨੂੰ ਬੇਨਤੀ ਹੈ ਜੀ ਆਪੋ ਆਪਣਾ ਸਨਮਾਨ ਚਿੰਨ ਲੈ ਜਾਓ। ਸਾਰੇ ਸਾਡੇ ਮੀਡੀਆ ਵਾਲੇ ਸੱਜਣ ਆਓ ਜੀ, ਵਾਰੋ ਵਾਰੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੀ ਚੱਲੋ। ਹੈਲੋ ਸੁੱਖਾ ਖੜਿਆਲ ਜੀ, ਉਹ ਪਿੱਛੇ ਹੀ ਖੜੇ, ਉਹਦੇ ਖੜਾ ਪਿੱਛੇ। ਰਕੇਸ਼ ਗਰੋਵਰ ਜੀ ਅਗਰਵਾਲ ਸਾਹਿਬ ਸਾਚਾ, ਰਕੇਸ਼ ਅਗਰਵਾਲ ਜੀ ਸਾਡੇ ਪੱਤਰਕਾਰ, ਇਹਨਾਂ ਦਾ ਵੀ ਜਿਹੜਾ ਵਿਸ਼ੇਸ਼ ਮਾਣ ਸਨਮਾਨ। ਡਾਕਟਰ ਸੰਦੀਪ ਸ਼ਰਮਾ ਜੀ, ਹੈਲੋ ਜਲ ਸੇਵਾ ਕਮੇਟੀ ਜੀ, ਜਲ ਸੇਵਾ ਕਮੇਟੀ ਦੇ ਸਾਰੇ ਸਾਡੇ ਸਤਿਕਾਰਯੋਗ ਵੀਰ ਹੈ। ਇਸ ਤੋਂ ਅੱਗੇ ਆਓ ਜੀ ਆਪਣਾ ਹੈਲੋ ਡਾਕਟਰ ਬਲਦੇਵ ਜੀ, ਸਾਡੇ ਸਟੇਟ ਸੈਕਟਰੀ ਦੀਆਂ ਸੇਵਾਵਾਂ ਦਿੱਤੀਆਂ ਦੋ ਦਿਨ ਤੋਂ, ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀ, ਡਾਕਟਰ ਬਲਦੇਵ ਸਿੰਘ ਜੀ ਚੰਦ ਪੁਰਾਣਾ ਆਓ ਜੀ ਡਾਕਟਰ ਸਾਹਿਬ ਹੌਲੀ। ਡਾਕਟਰ ਬਲਦੇਵ ਸਿੰਘ ਜੀ ਚੰਦ ਪੁਰਾਣਾ ਹਾਂਜੀ, ਇੱਧਰ ਸਾਡੇ ਡਾਕਟਰ ਬਲਦੇਵ ਸਿੰਘ ਜੀ ਚੰਦ ਪੁਰਾਣਾ ਜਿਨ੍ਹਾਂ ਨੇ ਸਟੇਟ ਸੈਕਟਰੀ ਦੀ ਬਾਖੂਬੀ ਭੂਮਿਕਾ ਨਿਭਾਈ ਹੈ, ਧੰਨਵਾਦ ਕਰਦੇ ਸੀ ਇਹਨਾਂ ਸਾਡੇ ਡਾਕਟਰ ਸਾਹਿਬਾਨ ਬਲਦੇਵ ਸਿੰਘ ਜੀ ਚੰਦ ਪੁਰਾਣਾ, ਜੋ ਸਟੇਜੀ ਕਾਰਵਾਈ ਇਹਨਾਂ ਨੇ ਸਾਂਭੀ ਰੱਖੀ। ਇਸ ਤੋਂ ਬਾਅਦ ਆਓ ਜੀ ਆਪਣਾ ਸੁੱਖਾ ਕੜਿਆਲ, ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਜੀ, ਉਹਨੂੰ ਰੈਫਰੀ ਰਹਿੰਦੇ ਜੀ ਆਪਣੇ ਰੈਫਰੀ ਸਾਹਿਬਾਨ। ਆਓ ਜੀ ਖਾਲਸਾ ਜੀ, ਗੁਰਜੀਤ ਸਿੰਘ ਜੀ ਖਾਲਸਾ, ਗੁਰਜੀਤ ਸਿੰਘ ਜੀ ਖਾਲਸਾ, ਲੰਗੇਆਣਾ ਪਿੰਡ ਹੈ, ਸਾਡੇ ਰੈਫਰਸ਼ਿਪ ਦੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੈ।
ਇਹਨਾਂ ਸੱਜਣਾਂ ਦਾ ਵੀ ਧੰਨਵਾਦ ਹੈ। ਜੀ ਖਾਲਸਾ ਲੰਗੇਣਾ, ਆਓ ਜੀ ਆਪਣਾ ਰੇਸ਼ਮ ਸਿੰਘ ਜੀ ਫੂਲੇ ਵਾਲਾ, ਰੇਸ਼ਮ ਸਿੰਘ ਜੀ ਫੂਲੇ ਵਾਲਾ ਹੈਲੋ, ਆਓ ਜੀ ਰੈਫਰੀ ਸਾਹਿਬਾਨ। ਅੱਛਾ ਇਕਬਾਲ ਸਿੰਘ ਜੀ ਪਟਵਾਰੀ ਉਹ ਵੀ ਆਉਣ ਜੀ, ਇਕਬਾਲ ਸਿੰਘ ਜੀ ਪਟਵਾਰੀ ਉਹ ਵੀ ਆਉਣ ਕਿਰਪਾ ਕਰਕੇ। ਇਕਬਾਲ ਸਿੰਘ ਜੀ ਪਟਵਾਰੀ, ਇਕਬਾਲ ਸਿੰਘ ਜੀ ਸੁੱਖਾ ਕੜਿਆਲ, ਆਪਦੀ ਟਰਾਫੀ ਆਪੇ ਚੱਕ ਲਿਆਂਦੀ। ਸੁੱਖਾ ਕੜਿਆਲ ਸਾਡਾ ਕਬੱਡੀ ਕਮੈਂਟੇਟਰ ਵੀਰ, ਔਰ ਆਓ ਜੀ ਇਸ ਤੋਂ ਬਾਅਦ ਆਪਣਾ ਸਹਿਜੀ ਜੀ, ਚਮਕੌਰ ਸਿੰਘ ਜੀ ਸਾਡੇ ਕਿਰਪਾ ਕਰਕੇ ਸੰਪਰਕ ਕਰਨ ਜੀ। ਆਓ ਜੀ ਆਪਣੇ ਸਹਿਜੀ ਬਾਬਾ ਰਣਜੀਤ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ ਕੋਈ ਗੱਲ, ਆਓ ਜੀ ਗੁਰਪ੍ਰੀਤ ਸਹਿਜੀ। ਇਸ ਤੋਂ ਅੱਗੇ ਇਹਨਾਂ ਜੀ ਟ੍ਰਾਫੀ, ਹੈਲੋ ਸਾਡੇ ਚਮਕੌਰ ਸਿੰਘ ਜੀ ਕਿਰਪਾ ਕਰਕੇ ਸੰਪਰਕ ਕਰਨ ਜੀ। ਆਪਾਂ ਟਰੱਕਾਂ ਵਾਲਿਆਂ ਨੂੰ ਵੀ ਫਿਰ ਜਿਹੜਾ ਇਜਾਜ਼ਤ ਦੇਣੀ ਹੈ। ਹੈਲੋ ਬਾਈ ਜਗਾਇਓ ਲਾਈਟ ਇੱਕ ਮਿੰਟ, ਰਿੰਪੀ ਬਰਾੜ ਜੀ ਇਸ ਤੋਂ ਅੱਗੇ, ਰਿੰਪੀ ਬਰਾੜ ਗੱਜਣ ਵਾਲਾ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ, ਰਿੰਪੀ ਬਰਾੜ ਗੱਜਣ ਵਾਲਾ। ਹੈਲੋ ਰਿੰਪੀ ਬਰਾੜ ਗੱਜਣ ਵਾਲਾ, ਹੈਲੋ ਬਾਈ ਜੀ ਜਗਾ ਲਈ ਬਿੱਟੂ ਆਪਣਾ ਲਾਈਟ, ਰਣਜੀਤ ਸਟੂਡੀਓ। ਚਲੋ ਜੀ